ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਹਲਾ ਚੌਥਾ। ਜਿਨ੍ਹਾਂ ਅੰਦਰ ਨਾਮ ਨਿਧਾਨ ਹਰ, ਤਿਨਕੇ ਕਾਜ ਦਈਆਂ ਦੇ ਰਾਸ। ਤਿੰਨ ਚੂਕੀ ਮੋਹਤਾਜੀ ਲੋਕਨ ਕੀ, ਹਰ ਪ੍ਰਭ ਅੰਗ ਕਰ ਬੈਠਾ ਪਾਸ। ਜਿਨ੍ਹਾਂ ਅੰਦਰ ਨਾਮ ਨਿਧਾਨ ਹਰ, ਤਿਨਕੇ ਕਾਜ ਦਈ ਆਂਦੇ ਰਾਸ। ਤਿੰਨ ਚੂਕੀ ਮੋਹਤਾਜੀ ਲੋਕਨ ਕੀ, ਹਰ ਪ੍ਰਭ ਅੰਗ ਕਰ ਬੈਠਾ ਪਾਸ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰੇ ਸ਼ਾਬਾਸ। ਸ਼ਾਹ ਪਾਤਸ਼ਾਹ ਸਭ ਹਰ ਕਾ ਕੀਆ, ਸਭ ਜਨ ਕੋ ਆਏ ਕਰੇ ਰਹਿਰਾਸ। ਗੁਰਪੂਰੇ ਕੀ ਵੱਡੀ ਵਡਿਆਈ, ਹਰ ਵੱਡਾ ਸੇਵ ਅਤੁਲ ਸੁਖ ਪਾਇਆ। ਗੁਰਪੂਰੈ ਦਾਨ ਦਿਆ ਹਰ ਨਿਹਚਲ, ਨਿਤ ਬਖਸ਼ੇ ਚੜ੍ਹੈ ਸਵਾਇਆ। ਕੋਈ ਨਿੰਦਕ ਵਡਿਆਈ ਦੇਖ ਨਾ ਸਕੈ, ਸੋ ਕਰਤੈ ਆਪ ਪਛਾਇਆ। ਜਨ ਨਾਨਕ ਗੁਣ ਬੋਲੈ ਕਰਤੇ ਕੇ, ਭਗਤਾਂ ਨੂੰ ਸਦਾ ਰੱਖਦਾ ਆਇਆ। ਪੌੜੀ। ਤੂੰ ਸਾਹਿਬ ਅਗੰਮ ਦਿਆਲ ਹੈ, ਵਡਦਾਤਾ ਦਾਣਾ। ਤੁਦ ਜੇਵਡ ਮੈਂ ਹੋਰ ਕੋ ਦਿਸ ਨਾ ਆਵਹੀ, ਤੂੰ ਹੈ ਸੁਗੜ ਮੇਰੇ ਮਨ ਪਹਾਣਾ। ਮੋਹ ਕੁਟੰਬ ਦਿਸ ਆਵੰਦਾ, ਸਭ ਚੱਲਣ ਹਾਰਾ ਆਵਣ ਜਾਣਾ। ਜੋ ਬਿਨ ਸੱਚੇ ਹੋਰਤ ਚਿਤ ਲਾਏਂਦੇ, ਸੇ ਕੁੜਿਆਰ ਕੂੜਾ ਤਿੰਨ ਮਾਣਾ। ਨਾਨਕ ਸੱਚ ਧਿਆਏ ਤੂੰ, ਬਿਨ ਸੱਚੇ ਪਚ ਪਚ ਮੂਏ ਅਜਾਣਾ। ਨਾਨਕ ਸੱਚ ਧਿਆਏ ਤੂੰ, ਬਿਨ ਸੱਚੇ ਪਚ ਪਚ ਮੂਏ ਅਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼, ਸ਼ਾਮ ਸਮੇਂ ਅਸੀਂ ਸਤਸੰਗਤ ਦਾ ਇਹ ਸਮਾਂ ਮਾਣ ਰਹੇ ਹਾਂ। ਗੁਰੂ ਹਜ਼ੂਰੀ ਨੂੰ ਮਾਣਦਿਆਂ ਗੁਰਬਾਣੀ ਕੀਰਤਨ ਅਜੇ ਹੁਣੇ ਸੰਪੂਰਨ ਹੋਇਆ। ਹੁਣ ਸਮਾਂ ਗੁਰ ਸ਼ਬਦ ਵਿਆਖਿਆ ਦਾ ਹੈ। ਲੜੀਵਾਰ ਜੋ ਬਚਨ ਵਿਚਾਰੇ ਜਾਂਦੇ ਨੇ ਸ਼ਾਮਾਂ ਦੇ ਦੀਵਾਨ ਵਿੱਚ, ਇਸ ਵਿੱਚ ਗੌੜੀ ਰਾਗ ਦੀ ਰਚਨਾ ਵਾਰ ਸਰੂਪ ਗੁਰੂ ਰਾਮਦਾਸ ਮਹਾਰਾਜ ਜੀ ਦੁਆਰਾ ਉਚਿਤ ਕੀਤੀ ਗਈ ਲਮੇਰੀ ਬਾਣੀ ਵਾਰ ਸਾਨੂੰ ਪ੍ਰਾਪਤ ਆ।
ਆਪ ਜੀ ਨੇ ਇਸ ਪਾਵਨ ਬਾਣੀ ਵਿੱਚੋਂ 10 ਨੰਬਰ ਪੌੜੀ ਅਤੇ ਨਾਲ ਲੱਗਦਾ ਇੱਕ ਸਲੋਕ ਸਰੋਤ ਪਾਇਆ ਹੈ। ਵੈਸੇ 2 ਸਲੋਕ ਨੇ, ਪਰ ਕਿਉਂਕਿ ਬੀਤੇ ਵਿੱਚ ਇੱਕ ਸਲੋਕ ਅਸੀਂ ਵਿਚਾਰ ਲਿਆ ਹੈ, ਇਸ ਕਰਕੇ ਉਹਦਾ ਪਾਠ ਵੀ ਅਸੀਂ ਨਹੀਂ ਦੁਹਰਾਇਆ। ਹੁਣ 2 ਨੰਬਰ ਸਲੋਕ ਜੋ ਇਸ ਪੈਕੇਜ ਵਿੱਚ ਬਣਦਾ ਆ, ਉਸਦਾ ਪਾਠ ਅਤੇ ਨਾਲ ਲੱਗਦੀ ਪੌੜੀ ਆਪਨੇ ਸਰੋਤ ਪਾਈ ਹੈ। ਵਿਚਾਰ ਸਲੋਕ ਤੋਂ ਹੀ ਪ੍ਰਾਰੰਭ ਕਰ ਰਹੇ ਹਾਂ। ਮਹੱਲਾ 4 ਗੁਰੂ ਰਾਮਦਾਸ ਸਾਹਿਬ ਉਚਰਿਤ ਕਰ ਰਹੇ ਨੇ, ਜਿਨ੍ਹਾਂ ਅੰਦਰ ਨਾਮ ਨਿਧਾਨ ਹਰ ਤਿਨਕੇ ਕਾਜ ਦਈ ਆਉਂਦੇ ਰਾਸ। ਦਈ ਆਉਂਦੇ ਰਾਸ, ਦਈ ਗੁਰਬਾਣੀ ਵਿੱਚ ਸੈਂਕੜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਲਕਬ, ਜਿਹਨਾਂ ਨੂੰ ਅਸੀਂ ਐਡਜੈਕਟਿਵਸ ਕਹਿੰਦੇ ਹਾਂ, ਵਿਸ਼ੇਸ਼ਣ ਬਾਬਾ ਜੀ ਨੇ ਉਹ ਬਿਆਨ ਕੀਤੇ ਨੇ। ਈਵਨ ਜੋ ਨਾਮ ਵੀ ਨੇ ਵਾਹਿਗੁਰੂ ਜੀ ਦੇ, ਰੱਬ ਦੇ, ਅਕਾਲ ਪੁਰਖ ਦੇ, ਜੋ ਅਸੀਂ ਪ੍ਰੈਫਰ ਕਰੀਏ, ਉਹ ਸਾਰੇ ਐਡਜੈਕਟਿਵ ਨੇ। ਅਤੇ ਐਡਜੈਕਟਿਵ ਦਾ ਮਤਲਬ ਵੀ ਵਿਸ਼ੇਸ਼ਤਾ ਹੁੰਦਾ ਹੈ, ਵਿਸ਼ੇਸ਼ਣ, ਕੋਈ ਖਾਸ ਗੁਣ, ਕੁਝ ਖਾਸ ਖੂਬੀ। ਅਤੇ ਗੁਰੂ ਬਾਬਾ ਜੀ ਵਾਰ ਵਾਰ ਕਹਿੰਦੇ ਕਿ ਜਿਸ ਨੂੰ ਅਸੀਂ ਰੱਬ ਕਹਿ ਰਹੇ ਹਾਂ ਉਹ ਗੁਣੀ ਨਿਧਾਨ ਆ, ਉਹ ਗੁਣਾਂ ਦਾ ਗੁੱਥਲ ਆ, ਉਹਦੇ ਨਾਲ ਸਾਡੀ ਗੁਣਾਂ ਕਰਕੇ ਹੀ ਸਾਂਝ ਆ। ਉਹਦੇ ਵਿੱਚ ਇੱਕ ਗੁਣ ਹੈ ਦਈ, ਸਨੇਹ ਕਰਨ ਵਾਲਾ, ਪਿਆਰ ਕਰਨ ਵਾਲਾ, ਸਭ ਦੇ ਨਾਲ ਆਪਣਤ ਵਰਤਾਉਣ ਵਾਲਾ। ਅਕਸਰ ਬਾਤ ਹੋਈ ਹੈ ਕਿ ਬੰਦੇ ਨੇ ਸੋਚਿਆ ਆ, ਯੂਨੋ ਮੇਰਾ ਨਾ ਸਮਾਜ ਸੰਸਾਰ ਹੈ, ਅਤੇ ਚਲੋ ਦੁਸ਼ਮਣ ਹੈ ਹੀ ਹੈ, ਸਭ ਤੋਂ ਵੱਡਾ ਦੁਸ਼ਮਣ ਤਾਂ ਰੱਬ ਹੀ ਲੱਗਦਾ ਮੈਨੂੰ ਮੇਰਾ। ਬਾਬਾ ਜੀ ਵਾਰ ਵਾਰ ਅਹਿਸਾਸ ਕਰਾਉਂਦੇ ਨਾ ਕਰਤਾਰ ਅਤੇ ਨਾ ਕਰਤਾਰ ਦੀ ਕੁਦਰਤ, ਇਹ ਇੱਕ ਬਣੇ ਹੋਏ ਹੁਕਮ ਦੇ ਜਾਵੀਏ 'ਚ ਕੰਮ ਕਰਦੀ ਹੈ, ਅਤੇ ਹੁਕਮ ਹੀ ਪ੍ਰੀਤ ਹੈ, ਪਿਆਰ ਹੈ, ਸਨੇਹ ਹੈ, ਆਪਣਤ ਹੈ। ਜੇ ਨਾ ਹੁੰਦੀ ਤਾਂ ਮੈਂ ਤੁਸੀਂ ਨਾ ਹੁੰਦੇ, ਕੁਦਰਤ ਨੇ ਆਪਣੇ ਰੂਪ ਨੂੰ ਵਟਾਇਆ ਤਾਂ ਮੈਂ ਅਤੇ ਤੁਸੀਂ ਹੋ ਗਏ। ਇੱਥੇ ਸਿੱਧੇ ਤੌਰ 'ਤੇ ਆ, ਕੁਦਰਤ ਚਾਹੁੰਦੀ ਸੀ ਮੈਂ ਐਵੇਂ ਹੁੰਦਾ, ਕੁਦਰਤ ਚਾਹੁੰਦੀ ਸੀ ਮੇਰਾ ਵਜੂਦ ਬਣਦਾ, ਮੇਰਾ ਵਜੂਦ ਤਾਂ ਹੀ ਕੁਦਰਤ ਨੇ ਸਿਰਜਿਆ। ਫਿਰ ਇਹ ਹੈ, ਕੁਦਰਤ ਮੁਝ ਤੋਂ ਕੁਝ ਕੰਮ ਵੀ ਕਰਾਉਣਾ ਚਾਹੁੰਦੀ ਹੈ। ਉਹ ਜਿਹੜੇ ਕੰਮ ਨੇ, ਜਿਹੜੇ ਕਾਜ ਨੇ, ਜਿਹੜੇ ਉਹ ਸਭ ਮੇਰੀ ਕਾਰਗੁਜ਼ਾਰੀ ਹੈ, ਉਹਦੇ ਵਿੱਚ ਜਦੋਂ ਮੈਂ ਵਿਚਰ ਰਿਹਾ, ਜਦੋਂ ਮੈਂ ਚੱਲ ਰਿਹਾ ਹਾਂ, ਉਹ ਸਾਰੇ ਦੇ ਅੰਦਰ ਕੁਝ ਮੇਰੇ ਅੰਦਰ ਆਪਣੇ ਆਪੇ, ਕਿਉਂਕਿ ਇਹ ਵੀ ਮਦਰ ਨੇਚਰ ਦੇ ਲਾਅ ਦੇ ਅੰਦਰ ਹੈ, ਕਿ ਉਹਨੇ ਮੈਨੂੰ ਕੁਝ ਸੋਚਣ ਦੀ ਅਟੋਨਮੀ ਦਿੱਤੀ ਹੈ। ਮਤਲਬ ਪੂਰੀ ਦੁਨੀਆ ਦੇ ਵਿੱਚ ਜੇ ਦੇਖਿਆ ਜਾਏ, ਹੁਣ ਤਾਂ ਖੈਰ ਮੈਂ ਅੱਜ ਸਵੇਰੇ ਕੁਝ CBC ਪੋਡਕਾਸਟ 'ਤੇ ਸੁਣ ਰਿਹਾ ਸੀਗਾ ਕਿ ਮਤਲਬ ਮਲਟੀ ਬਿਲੀਅਨ ਕਿਲੋਮੀਟਰ ਫਾਰ ਐਕਚੁਅਲੀ ਇੱਕ ਜਿਹੜਾ ਇਹਨਾਂ ਨੇ ਸੈਟੇਲਾਈਟ ਭੇਜਿਆ 70s ਦੇ ਵਿੱਚ, ਅਤੇ ਉਹਦੇ ਨਾਲ ਦੁਬਾਰਾ ਕਨੈਕਟ ਹੋਏ ਨੇ ਹੁਣ। ਫਿਰ ਮਤਲਬ ਇੰਨੀ ਦੂਰ, ਜਿਹਨੂੰ ਦੱਸ ਰਹੇ ਸੀਗੇ ਉਹ ਕਿ ਲਾਈਟ ਦੀ ਸਪੀਡ ਦੇ ਨਾਲ ਜਿਹੜਾ ਮੈਸੇਜ ਉਹਦੇ ਨਾਲ ਐਕਸਚੇਂਜ ਹੋਇਆ ਆ, ਉਹਨੂੰ ਜਾਂਦਿਆਂ ਵੀ 23 ਘੰਟੇ ਜਾਂਦਿਆਂ ਲੱਗੇ ਨੇ, 23 ਘੰਟੇ ਆਉਂਦੇ ਲੱਗੇ ਨੇ ਲਾਈਟ ਦੀ ਸਪੀਡ ਦੇ ਨਾਲ। ਮਤਲਬ ਅੰਦਾਜ਼ਾ ਲਾਓ ਤੁਸੀਂ ਕਿੰਨੀ ਫਾਰ ਹੋਏਗਾ। ਇਸ ਰੂਪ ਵਿੱਚ ਬਾਤ ਕੀਤੀ ਗਈ ਅਤੇ ਮੰਨਿਆ ਗਿਆ ਕਿ ਜਿੱਥੋਂ ਤੱਕ ਉਹ ਗਿਆ ਆ, ਜਿੱਥੋਂ ਤੱਕ ਹੀ ਅੰਦਾਜ਼ਾ ਲਾਇਆ ਜਾਏ, ਅਜੇ ਤਾਂ ਉਸ ਤੋਂ ਮਤਲਬ ਪਤਾ ਨਹੀਂ ਕਿੰਨਾ ਅੱਗੇ ਪੁਲਾੜ ਹੋਣਾ ਅਤੇ ਕੀ ਕੁਛ ਹੋਣਾ ਆ। ਇੱਥੋਂ ਇਹ ਵੀ ਚੀਜ਼ ਆ ਕਿ ਆਪਾਂ ਜਦੋਂ ਫਿਨੋਮਿਨਾ ਦੀ ਗੱਲ ਕਰਦੇ ਹਾਂ, ਮਤਲਬ ਇਟਸ ਹੀ ਫਿਨੋਮਿਨਲ, ਇਹ ਸਾਇੰਸ ਵੀ ਫਿਨੋਮਿਨਲ ਆ, ਕਿਉਂਕਿ ਇਹ ਦੱਸਦੀ ਹੈ ਉਸ ਵਾਸਟ ਨੂੰ, ਜਿਸ ਨੂੰ ਗੁਰੂ ਬਾਬਾ ਜੀ ਕਹਿੰਦੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ।
ਵੈਸੇ ਹੋ ਸਕਦਾ ਅੱਜ ਦੀ ਇਹ ਸਾਇੰਟਿਫਿਕ ਦੁਨੀਆ ਦੀ ਰਿਸਰਚ ਇਹ ਸਭ ਨਾ ਪੜ੍ਹਦੇ ਸੁਣਦੇ ਸਾਨੂੰ ਲੱਗਦਾ ਹਾਂ ਬਾਬਾ ਜੀ ਨੇ ਕਿਸੇ ਇਮੈਜੀਨੇਸ਼ਨ 'ਚ ਗੱਲ ਕੀਤੀ ਹੋਣੀ ਹੈ। ਹੁਣ ਪਤਾ ਲੱਗਦਾ ਨਹੀਂ ਨਹੀਂ ਇਹ ਤਾਂ ਕਮਾਲ ਹੈ ਅਤੇ ਪੂਰਾ ਰੈਸ਼ਨਲ ਸਾਈਡ ਤੋਂ ਸਹੀ ਆ ਰਿਹਾ ਸਭ ਕੁਛ, ਇਹ ਤਾਂ ਸਹੀ ਸੀਗਾ ਪਰ ਮੈਨੂੰ ਹੀ ਕਿਤੇ ਹੋਏਗਾ ਅਤੇ ਉਹ ਲੱਗ ਰਿਹਾ ਉਸ ਤੋਂ ਵੀ ਪਾਰ ਹੈ, ਪਾਰ ਤੋਂ ਪਾਰ ਪਰੇ ਤੋਂ ਪਾਰ ਉਸ ਰੂਪ ਵਿੱਚ ਬਾਤ ਕੀਤੀ ਗਈ। ਖੈਰ ਜਿਹੜੀ ਬੇਨਤੀ ਕਰ ਰਿਹਾ ਸੀਗਾ ਅਤੇ ਉਹਦੇ ਬਾਬਤ ਤੋਂ ਬਿਆਨ ਕਰਦਾ ਕਿ ਐਕਚੁਅਲੀ ਗੱਲ ਇਹ ਹੈ ਜੇ ਦੇਖਿਆ ਜਾਏ ਤਾਂ ਹਾਈਲੀ ਇੰਟੈਲੀਜੈਂਟ ਜੇ ਕੋਈ ਕ੍ਰੀਚਰ ਹੈ ਤਾਂ ਉਹ ਮਨੁੱਖ ਆ, ਅਜੇ ਤੱਕ ਜੋ ਸਾਬਤ ਹੋ ਰਿਹਾ ਉਸ ਰੂਪ ਦੇ ਵਿੱਚ। ਅਤੇ ਜਿਹੜਾ ਦਾ ਇੰਟੈਲੀਜੈਂਟ ਲੈਵਲ ਆ ਉਹ ਇਹਦੇ ਲਈ ਇੱਕ ਵਰ ਵੀ ਹੈ, ਬਲਿਸ ਹੈ ਬੜੀ ਵੱਡੀ, ਉਹ ਕਰਸ ਵੀ ਹੈ, ਸਰਾਪ ਵੀ ਹੈ ਬੜਾ ਵੱਡਾ ਇਹਦੇ ਵਾਸਤੇ, ਕਿਉਂਕਿ ਉਹ ਕਿਸ ਫੇਵਰ 'ਚ ਕੰਮ ਕਰਦਾ। ਇਸ ਤਰ੍ਹਾਂ ਜਾਣੋ ਆਪਾਂ ਜਦੋਂ ਕੋਈ ਕੰਮ ਕਾਰ ਕਰਦੇ ਹਾਂ ਅਸੀਂ ਡਿਫਰੈਂਟ ਡਿਫਰੈਂਟ ਇੰਸਟਰੂਮੈਂਟਸ ਯੂਜ਼ ਕਰਦੇ ਹਾਂ, ਅਤੇ ਕੁਝ ਇੰਸਟਰੂਮੈਂਟ ਜਦੋਂ ਅਸੀਂ ਯੂਜ਼ ਕਰ ਰਹੇ ਹੋਈਏ ਐਨੀ ਸੋਰਟ ਆਫ ਕੋਈ ਵੀ ਕੰਮ ਕਰ ਰਹੇ ਹੋ ਅਤੇ ਉਹਦੇ 'ਚ ਵੀ ਹੋ ਸਕਦਾ ਤੁਸੀਂ ਨਹੁੰ ਦਿੱਤੇ ਨੇ ਕੁਦਰਤ ਨੇ ਸਾਨੂੰ, ਆਪਾਂ ਸਬਜ਼ੀ ਵਗੈਰਾ ਕੋਈ ਕੱਟਣੀ ਹੈ ਤੋੜਨੀ ਹੈ ਆਪਾਂ ਨਹੁੰਆਂ ਨਾਲ ਹੱਥਾਂ ਨਾਲ ਔਖੇ ਭਾਰੇ ਹੋ ਕੇ ਤੋੜੀਏ, ਬੜੇ ਔਖਿਆਈ ਨਾਲ ਤੋੜਾਂਗੇ। ਪਰ ਆਪਾਂ ਇੱਕ ਹੋਰ ਚੀਜ਼ ਵੀ ਕਰ ਸਕਦੇ ਹਾਂ, ਇੱਕ ਸ਼ਾਰਪਨ ਐਜ ਨਾਈਫ ਵਗੈਰਾ ਲਈਏ ਅਤੇ ਉਹਦੇ ਨਾਲ ਚੌਪ ਕਰ ਦਈਏ ਫਟਾਫਟ ਉਸ ਰੂਪ ਦੇ ਵਿੱਚ। ਇਨ ਬਿਨ ਜਿਹੜਾ ਸਾਡਾ ਇੰਟਲੈਕਟ ਐਵੇਂ ਕੰਮ ਕਰਦਾ ਇਹ ਬਿਲਕੁਲ ਐਨ ਜਿਵੇਂ ਸ਼ਾਰਪਨ ਐਜ ਟੂਲ ਹੈ ਨਾ ਇੱਕ, ਪਰ ਇੱਕ ਨਾਲ ਦੀ ਨਾਲ ਪੋਸੀਬਿਲਿਟੀ ਹੈ ਜੋ ਸ਼ਾਰਪਨ ਐਜ ਜਿਹੜਾ ਉਹ ਖਾਸ ਕਰਕੇ ਨਾਈਫ ਆ ਜੇ ਸਬਜ਼ੀ ਨੂੰ ਅਤੇ ਹੋਰ ਚੀਜ਼ਾਂ ਨੂੰ ਚੌਪ ਕਰ ਸਕਦਾ ਅਤੇ ਵਾਈਲ ਯੂ ਆਰ ਡੂਇੰਗ ਇਟ ਐਂਡ ਯੂ ਆਰ ਨੋਟ ਡੂਇੰਗ ਪ੍ਰੋਪਰਲੀ ਦੈਨ ਇਸ ਗੁਨਾ ਕੱਟੀ ਉਹ ਤੈਨੂੰ ਵੀ ਕੱਟ ਸਕਦਾ। ਸੋ ਇੱਥੇ ਹੀ ਹੈ ਜਿਹੜੀ ਚੀਜ਼ ਸਾਡੇ ਫਾਇਦੇ ਲਈ ਹੈ ਉਹੀ ਚੀਜ਼ ਸਾਡੇ ਨੁਕਸਾਨ ਲਈ ਵੀ ਹੈ। ਜਦੋਂ ਅਸੀਂ ਇਸ ਰੂਪ ਵਿੱਚ ਚੀਜ਼ਾਂ ਨੂੰ ਦੇਖਦੇ ਹਾਂ ਵੀ ਕਿਤਨੇ ਕਮਾਲ ਦੀ ਕੁਦਰਤ ਨੇ ਸਭ ਸਾਜੀਆਂ ਨੇ ਅਤੇ ਉਹਨੂੰ ਅਸੀਂ ਇੰਟਲੈਕਟ ਦੇ ਲੈਵਲ 'ਤੇ ਸਮਝਦੇ ਹਾਂ, ਇਹ ਬੈਕਫਾਇਰ ਵੀ ਕਰਦਾ ਦੂਜੀ ਤਰ੍ਹਾਂ ਵੀ ਕੰਮ ਕਰਦਾ ਹੈ। ਮਤਲਬ ਚੀਜ਼ਾਂ ਨੂੰ ਇੱਕ ਬਣੀ ਹੋਈ ਧਾਰਨਾ ਦੇ ਵਿੱਚ ਕੈਲਕੂਲੇਟ ਕੀਤਾ ਅਤੇ ਕੈਲਕੂਲੇਸ਼ਨ ਕਰਕੇ ਸੋਚਿਆ ਵੀ ਆਹ ਤਾਂ ਠੀਕ ਆ, ਮੇਰੇ ਨਾਲ ਇਸ ਤਰੀਕੇ ਨਾਲ ਠੀਕ ਨਹੀਂ ਹੋਇਆ, ਇਹਦਾ ਮਤਲਬ ਆ ਭਾਵੇਂ ਕੁਦਰਤ ਹੈ ਅਤੇ ਭਾਵੇਂ ਕੁਦਰਤ ਬਣਾਉਣ ਵਾਲਾ ਆ ਉਹ ਮੇਰੀ ਫੇਵਰ 'ਚ ਨਹੀਂ ਕੰਮ ਕਰਦਾ। ਹੁਣ ਇੱਥੋਂ ਜਿਹੜੀ ਸੋਚ ਜਨਮ ਲੈ ਰਹੀ ਹੈ ਉਹਦੇ ਵਿੱਚੋਂ ਬੰਦੇ ਦੇ ਅੰਦਰ ਫਿਰ ਬਹੁਤ ਕੁਝ ਐਸਾ ਜਿਹੜਾ ਕੌੜਾ ਹੈ, ਬਿਟਰਨੈਸ ਹੈ, ਸਭ ਚੀਜ਼ਾਂ ਇਸ ਤਰ੍ਹਾਂ ਇਸ ਤਰੀ ਰੂਪ ਡਿਵੈਲਪ ਹੁੰਦੀਆਂ। ਇਹਦੇ ਲਈ ਕੋਈ ਹੋਰ ਤਰੀਕੇਕਾਰ ਤਾਂ ਨਹੀਂ ਗਾ, ਹੁਕਮ ਨੂੰ ਸਮਝਣ ਦੀ ਗੱਲ ਬਾਬਾ ਜੀ ਨੇ ਵਾਰ ਵਾਰ ਕੀਤੀ ਹੈ। ਇੱਥੇ ਦਈ ਦੇ ਉਸ ਤਸੱਵਰ ਨੂੰ ਕਰੋ ਜਿਸਨੇ ਸਭ ਸਿਰਜਿਆ ਬਣਾਇਆ ਉਸ ਸਾਰੇ ਰੂਪ ਦੇ ਵਿੱਚ ਆ। ਬਾਬਾ ਜੀ ਜੋ ਇਸ ਬਚਨ ਕਹਿ ਰਹੇ ਨੇ ਜਿਸ ਵਿਚਾਰ ਕਰ ਰਹੇ ਹਾਂ, ਜਿਹਨਾਂ ਅੰਦਰ ਨਾਮ ਨਿਧਾਨ ਹਰ ਤਿੰਨ ਕੇ ਕਾਜ ਦਈ ਆਉਂਦੇ ਰਾਸ, ਕਾਜ ਦਈ ਆਉਂਦੇ ਰਾਸ, ਉਸ ਦਈ ਨੇ ਤਰਸ ਕਰਨ ਵਾਲੇ ਨੇ ਕਾਜ ਰਾਸ ਕਰ ਦਿੱਤੇ। ਗੁਰੂ ਰਾਮਦਾਸ ਸਾਹਿਬ ਦਾ ਸ਼ਬਦ ਆ, ਹੋਰ ਦੋ ਚਾਰ ਸ਼ਬਦ ਬਾਣੀ 'ਚੋਂ ਜੇ ਪੜ੍ਹੀਏ, ਗੁਰੂ ਅਰਜਨ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ ਜਿਹੜਾ ਪਹਿਲਾ ਹੁਕਮਨਾਮਾ ਹੈ ਦਰਬਾਰ ਸਾਹਿਬ ਵਿੱਚ ਜਦੋਂ ਗੁਰੂ ਆਦਿ ਗ੍ਰੰਥ ਦੇ ਰੂਪ ਦੇ ਜਿਸ ਗੁਰਬਾਣੀ ਦੀ ਪ੍ਰਕਾਸ਼ਨਾ ਕੀਤੀ ਗਈ ਪਹਿਲੀ ਵਾਰ, ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਸੰਤਾਂ ਕੇ ਕਾਰਜ ਆਪ ਖਲੋਵਾ, ਕਾਰਜ ਆਪ ਖਲੋ ਕੇ ਉਹਨੇ ਕਰਵਾਏ, ਇਸ ਰੂਪ ਵਿੱਚ ਬਾਤ ਆਉਂਦੀ। ਜੇ ਆਪਾਂ ਉਸ ਸਮੇਂ ਨੂੰ ਦੇਖੀਏ, ਦੌਰ ਨੂੰ ਦੇਖੀਏ, ਅਤੇ ਗੁਰੂ ਅਰਜਨ ਸਾਹਿਬ ਦਾ ਦੌਰ ਬੜੀ ਇੱਕ ਟਰਾਂਜੀਸ਼ਨਲ ਪੀਰੀਅਡ ਹੈ, ਪੋਲੀਟੀਕਲੀ ਵੀ ਸੋਸ਼ਲੀ ਵੀ ਉਸ ਰੂਪ ਦੇ ਵਿੱਚ, ਕਿਉਂਕਿ ਇਹ ਪਤਾ ਲੱਗ ਰਿਹਾ ਸਾਡੇ ਕੋਲ ਰਾਈਟਿੰਗਸ ਨੇ ਜਦੋਂ ਅਸੀਂ ਉਹਨਾਂ ਨੂੰ ਬੜੇ ਐਨਾਲੈਟਿਕ ਵੇ ਨਾਲ ਦੇਖਦੇ ਹਾਂ। ਗੁਰੂ ਅਰਜਨ ਸਾਹਿਬ ਦਾ ਸਮਕਾਲੀ ਸੀਗਾ, ਨਾਮ ਸੀਗਾ ਇਹਦਾ ਮੋਹਸਨ ਫਾਨੀ। ਇਸ ਨੇ ਗੁਰੂ ਅਰਜਨ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਬਾਬਤ ਕੁਝ ਵੇਰਵੇ ਲਿਖੇ ਨੇ, ਉਸ ਸਮੇਂ 'ਚ ਇਹ ਮੌਜੂਦ ਰਿਹਾ ਅਤੇ ਉਸਦੇ ਵਿੱਚ ਉਸਨੇ
ਕਿਤਾਬ 'ਚ ਲਿਖਿਆ ਦਬਿਸਤਾਏ ਮਜ਼ਾਹਬ, ਉਹ 'ਚੋਂ ਬਿਆਨ ਕਰਦਾ ਕਿ ਜਿਹੜਾ ਸਾਊਥ ਏਸ਼ੀਅਨ ਖਿੱਤਾ ਆ ਇਹਦੀ ਸਾਰੀ ਪਾਪੂਲੇਸ਼ਨ ਜਿਹੜੀ ਹੈ ਉਹਦਾ ਕੋਈ ਗਾਲਬਨ ਕੋਈ ਤੀਜਾ ਹਿੱਸਾ, ਮਤਲਬ ਅਰਾਊਂਡ 30-35% ਜਿਹੜੀ ਕਮਿਊਨਿਟੀ ਹੈ ਉਹ ਡਾਇਰੈਕਟਲੀ ਇਨਡਾਇਰੈਕਟਲੀ ਗੁਰੂ ਨਾਨਕ ਪ੍ਰਸਤਗੀ ਦਾ ਅਹਿਸਾਸ ਕਰ ਰਹੀ ਹੈ, ਭਾਵੇਂ ਗੁਰੂ ਮਹਾਰਾਜ ਦੇ ਨਾਲ ਸਾਂਝ ਵਧਾ ਰਹੀ ਹੈ ਜਾਂ ਗੁਰੂ ਮਹਾਰਾਜ ਦੇ ਮਰਾਤਬੇ ਤੋਂ ਰੁਤਬੇ ਤੋਂ ਵਾਕਿਫ ਆ ਅਤੇ ਉਹਨਾਂ ਦੀ ਚਰਚਾ ਆ, ਇਹ ਕਹਿੰਦਾ ਇਹ ਚੀਜ਼ ਮੌਜੂਦ ਹੈ ਉੱਥੇ ਉਸ ਰੂਪ ਦੇ ਵਿੱਚ। ਇਹਦੇ ਨਾਲ ਜਿਹੜੀ ਸਟੈਬਲਿਸ਼ਮੈਂਟ ਆ ਸਥਾਪਤੀ ਹੈ ਇਹਦੀ ਜਾਨ ਨਿਕਲ ਰਹੀ ਹੈ, ਕਿਉਂਕਿ ਆਖਿਰਕਾਰ ਜੇ ਲੋਕ ਰਾਏ ਇੱਕ ਵੱਡੇ ਸਕੂਲ ਆਫ ਥਾਟ ਨਾਲ ਅੰਗੇਜ ਹੋ ਕੇ ਵੱਧ ਰਹੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਇੱਕ ਸਟੇਟ ਦੇ ਪੈਰਲਰ ਇੱਕ ਬੜੀ ਵੱਡੀ ਸਟੇਟ ਬਿਲਟ ਹੋਣ ਲੱਗੀ ਹੁਣ, ਇੱਕ ਵੱਡਾ ਨੇਸ਼ਨ ਬਿਲਟ ਹੋਣ ਲੱਗਾ, ਉਹ ਸਟੇਟ ਵਿਦ ਇਨ ਸਟੇਟ ਦਾ ਕਾਨਸੈਪਟ ਆ। ਫਿਰ ਉਹਦੀ ਕਾਰਗੁਜ਼ਾਰੀ ਵੀ ਦੇਖੋ ਤੁਸੀਂ, ਕਾਰਗੁਜ਼ਾਰੀ ਕੈਸੀ ਹੈ। ਗੁਰੂ ਅਰਜਨ ਮਹਾਰਾਜ ਜੀ ਦਾ ਉਹ ਦੌਰ ਜਿਹਦੇ 'ਚ ਅਕਬਰ ਆਪਣੀ ਗੱਦੀ 'ਤੇ ਆਸੀਨ ਆ ਪਰ ਉਹਦੀ ਹੁਣ ਉਮਰ ਹੋ ਚੱਲੀ ਹੈ, ਜਦੋਂ ਉਮਰ ਹੋ ਚੱਲੀ ਹੈ ਤਾਂ ਉਹ ਉਸ ਤਰੀਕੇ ਨਾਲ ਉਹਦੇ 'ਚ ਮੂਵਮੈਂਟ ਨਹੀਂ ਰਹੀ ਜਿਵੇਂ ਪਹਿਲਾਂ ਹਾਥੀ 'ਤੇ ਸਵਾਰ ਹੋ ਕੇ ਕਦੀ ਇੱਧਰ ਜਾ ਰਿਹਾ ਕਦੀ ਇੱਧਰ ਜਾ ਰਿਹਾ। ਸਾਰੇ ਸਾਊਥ ਏਸ਼ੀਅਨ ਖਿੱਤੇ 'ਤੇ ਜਿਸਨੇ ਸਭ ਤੋਂ ਵੱਧ ਲੰਬੇ ਸਮੇਂ ਤੱਕ ਰਾਜ ਕੀਤਾ ਅਤੇ ਕਾਫੀ ਮਤਲਬ ਵਧੀਆ ਢੰਗ ਨਾਲ ਕੀਤਾ ਹੈ, ਟੋਟਲ ਪਿਛਲੇ ਸਾਰੇ ਤੁਸੀਂ ਉਹ ਦੇਖ ਲਓ, ਉਹ 'ਚ ਅਕਬਰ ਦਾ ਨਾਂ ਆਉਂਦਾ। ਫਿਰ ਇਹ ਵੀ ਹੈ ਕਿ ਉਹ ਜਦੋਂ ਏਜਡ ਹੋ ਗਿਆ ਤਾਂ ਹੁਣ ਉਹਦੇ ਕੋਲ ਚੀਜ਼ਾਂ ਛੁੱਟ ਰਹੀਆਂ ਨੇ। ਨਾਲ ਦੀ ਨਾਲ ਇਹ ਵੀ ਹੈ ਕਿ ਜਿਹੜੀ ਧਾਰਾ ਕਦੀ ਇੱਥੇ ਇੱਕ ਰਿਲੀਜੀਅਸ ਸੈਂਟੀਮੈਂਟ ਲੈ ਕੇ ਆਈ ਸੀ ਬੜੇ ਫੈਨੈਟਿਕ ਰੂਪ ਦੇ ਵਿੱਚ, ਜਿਹਨਾਂ ਨੂੰ ਇਹ ਸੀਗਾ ਕਿ ਅਸੀਂ ਤਾਂ ਧਰਤੀ 'ਤੇ ਕਨਵਰਜਨ ਕਰਨੀ ਹੈ, ਸਾਰੇ ਲੋਕਾਂ ਨੂੰ ਆਪਣੇ ਧਰਮ ਦੇ ਮਜ਼ਹਬ ਦੇ ਵਿੱਚ ਬਦਲ ਲੈਣਾ ਆ, ਉਹਨਾਂ ਦਾ ਏਜੰਡਾ ਰੁਕ ਗਿਆ ਕਿਉਂਕਿ ਫੋਰਸਫੁਲੀ ਕਨਵਰਜਨ 'ਤੇ ਸਾਰੇ ਦੇ ਉੱਤੇ। ਟੋਪ ਆਫ ਦੈਟ ਜਦੋਂ ਅਕਬਰ ਗੱਦੀ ਆਸੀਨ ਹੁੰਦਾ ਉਸੇ ਸਮੇਂ 'ਤੇ ਗੁਰੂ ਅਮਰਦਾਸ ਸਾਹਿਬ ਗੱਦੀ 'ਤੇ ਰਹੇ ਨੇ ਅਤੇ ਉਹਨਾਂ ਦੇ ਨਾਲ ਵਾਕਫੀਅਤ ਚੰਗੀ ਰਹੀ, ਸਾਂਝ ਰਹੀ, ਉਸ ਸਾਂਝ ਦਾ ਅਸਰ ਅਸਰਾਰ ਵੀ ਦਿਖਿਆ, ਸੁਲਾਹਕੁਲਤਾ ਦਿਖੀ, ਬਹੁਤ ਸਾਰੇ ਟੈਕਸਿਸ ਵਿੱਚ ਛੋਟ ਮਿਲੀ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਤਰੀਕੇ ਤਬਦੀਲ ਹੋਈਆਂ। ਸੋ ਇਹ ਉਹ ਸਾਰਿਆਂ ਲੱਗਾ ਵੀ ਨਹੀਂ ਇਹ ਠੀਕ ਨਹੀਂ ਗਾ, ਆਪਾਂ ਨੂੰ ਤਾਂ ਵਾਪਸ ਬੈਕ ਟੂ ਸਕੁਅਰ ਵਨ ਉਸੇ ਪੋਲਸੀ 'ਤੇ ਜਾਣਾ ਚਾਹੀਦਾ। ਜੇ ਸਾਰੇ ਨੂੰ ਅੱਜ ਦੀ ਦੌਰ 'ਚ ਦੇਖੀਏ ਨਾ ਅਸੀਂ ਇਸ, ਕਿਉਂਕਿ ਸਾਰੀ ਕਥਾ ਵਾਰਤਾ ਦਾ ਮਾਇਨਾ ਇਹ ਹੈ ਕਿ ਅਸੀਂ ਆਪਣੇ ਆਪੇ ਨੂੰ ਸਮਝੀਏ, ਆਪਣੇ ਆਲੇ ਦੁਆਲੇ ਨੂੰ ਸਮਝੀਏ ਅਤੇ ਉਹਦੇ 'ਚ ਕੁਝ ਉਸਾਰੂ ਕਾਰਗੁਜ਼ਾਰੀ ਕਰੀਏ। ਇਹੀ ਮੁੱਖ ਰੂਪ 'ਚ ਕਥਾ ਦਾ ਪਰਪਜ਼ ਅਤੇ ਗੁਰਬਾਣੀ ਵਿਆਖਿਆ ਦਾ ਪਰਪਜ਼ ਹੁੰਦਾ ਹੈ। ਜਿਹੜੀ ਟੂਕ ਮਾਤਰ ਬੇਨਤੀ ਕਰਨ ਲੱਗਾ ਸੀਗਾ, ਆਪਾਂ ਜਿਵੇਂ ਦੌਰ ਦੇਖਦੇ ਹਾਂ ਸਾਡੇ ਸਾਊਥ ਆਫ ਦਾ ਬਾਰਡਰ, ਓਬਾਮਾ ਆਇਆ, ਜਦੋਂ ਬਰਾਕ ਓਬਾਮਾ ਆਇਆ ਲੋਕਾਂ ਕਿਹਾ ਜੀ ਕਮਾਲ ਹੀ ਹੋ ਗਏ, ਵਾਈਟ ਹਾਊਸ ਦੇ ਵਿੱਚ ਬਲੈਕ ਗਾਏ, ਇਜ਼ਨਟ ਅਨਬਿਲੀਵੇਬਲ ਥਿੰਗ, ਮਤਲਬ ਵਾਈਟ ਹਾਊਸ ਅਤੇ ਬਲੈਕ ਪ੍ਰੈਜ਼ੀਡੈਂਟ, ਇਹ ਤਾਂ ਟੋਟਲੀ ਚੇਂਜਸ ਹੋ ਗਏ ਨਾ, ਇਹ ਤਾਂ ਚੀਜ਼ ਹੀ ਬਿਲਕੁਲ। ਜਿਸ ਸੁਸਾਇਟੀ ਨੂੰ ਇਹ ਕਿਹਾ ਜਾਂਦਾ ਸੀਗਾ ਕਿ ਟੋਟਲ ਸਲੇਵਰੀ ਦੇ ਉੱਤੇ ਸਟੈਬਲਿਸ਼ ਕਰਕੇ ਬਣਾਈ ਗਈ ਸੁਸਾਇਟੀ ਹੈ, ਇੱਥੇ ਤਾਂ ਸਿਵਲ ਵਾਰ ਚੱਲੀਆਂ ਨੇ, ਸਲੇਵਰੀ ਤੋਂ ਬਾਹਰ ਨਿਕਲਣ ਵਾਸਤੇ ਲੋਕਾਂ ਨੇ ਫਾਈਟ ਕੀਤੀ ਹੈ, ਰਾਈਟਸ ਲੈਣ ਵਾਸਤੇ ਸਾਰਾ ਕੁਝ, ਅਤੇ ਈਵਨ ਅਜੇ ਤੱਕ ਵੀ ਉਹ ਸਿਸਟਮ ਬਦਲਿਆ ਨਹੀਂ ਗਾ, ਸਿਸਟੈਮਿਕਲੀ ਚੀਜ਼ਾਂ ਉੱਥੇ ਦੀਆਂ ਉੱਥੇ ਮੌਜੂਦ ਨੇ। ਉਹਨੇ ਕਹਿੰਦੇ ਨਹੀਂ ਬਦਲ ਗਿਆ ਸਭ ਕੁਛ, ਉਹ ਜਿਵੇਂ ਹੀ ਬਰਾਕ ਓਬਾਮਾ ਦੀ ਆਮਦ ਹੁੰਦੀ ਹੈ ਨੋ ਡਾਊਟ 8 ਸਾਲ 'ਤੇ ਲਗਾ ਜਾਂਦਾ ਆਪਣੇ ਦੋ ਟਰਮ ਉਸ ਰੂਪ ਦੇ ਵਿੱਚ, ਪਰ ਉਸੇ ਸਮੇਂ ਦੇ ਵਿੱਚ ਵਾਈਟ ਸੁਪਰਮਿਸਟ ਉਹ ਬਾਹਰ ਆ ਜਾਂਦੇ ਨੇ ਤੁਸੀਂ ਤੁਹਾਡੇ ਸਾਹਮਣੇ, ਕਿਉਂਕਿ ਇੱਕਦਮ ਜਿਹੜਾ ਉਹ ਸਕੂਲ ਆਫ ਥਾਟ ਜਿਹੜਾ ਉਸ ਕਿਸਮ ਦਾ ਆ ਉਹ ਰਿਟੈਲੀਏਟ ਕਰੇਗਾ ਬੈਕ, ਅਤੇ ਉਹ ਬਿਲਕੁਲ ਮਤਲਬ ਲੈਟਸ ਮੇਕ ਅਮੈਰੀਕਾ ਗ੍ਰੇਟ ਅਗੇਨ ਸਲੋਗਨ ਹੀ ਹੈ ਵੀ, ਇਹ ਤਾਂ ਅਸੀਂ ਭੱਠੇ ਹੀ ਬਹਾ ਲਿਆ ਦਾ,
ਆਪਾਂ ਇਹਨੂੰ ਦੁਬਾਰਾ ਬਣਾਉਂਦੇ ਹਾਂ, ਦੁਬਾਰਾ ਉਸੇ ਸਟੇਜ 'ਤੇ ਲੈ ਕੇ ਜਾਂਦੇ ਹਾਂ। ਬਸ ਇਸੇ ਚੀਜ਼ ਨੂੰ, ਇਸੇ ਤੁਸੀਂ ਸਨੈਰੀਓ ਨੂੰ ਚੱਕੋ ਅਤੇ ਅਕਬਰ ਦੇ ਦੌਰ 'ਚ ਲਾਇਆ ਹੋਇਆ। ਅਕਬਰ ਸੁਲਾਹ ਕੁਲਤਾ ਦੀ ਗੱਲ ਕਰ ਰਿਹਾ, ਉਹ ਤੀਰਥ ਯਾਤਰਾ ਦਾ ਕੋਈ ਟੈਕਸ ਘਟਾ ਰਿਹਾ ਲੋਕਾਂ ਦੀ, ਕੋਈ ਗੁਰੂ ਅਮਰਦਾਸ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਹਿੰਦੂ ਅਤੇ ਮੁਸਲਿਮ ਦੋ ਰੂਪਾਂ 'ਚ ਕਮਿਊਨਿਟੀ ਨੂੰ ਵੰਡਿਆ ਆ, ਇੱਕ ਸਨਾਤਨੀ ਧਾਰਾ ਬ੍ਰਾਹਮਣੀ ਧਾਰਾ 'ਚੋਂ ਆ ਰਹੇ ਲੋਕ ਨੇ, ਪਰ ਉਹ ਵੀ ਲੋਕ ਨੇ ਜਿਹੜੇ ਇਸ ਤੋਂ ਪਾਰ ਨੇ। ਸਿੱਖਾਂ ਦੀ ਗੱਲ ਕੀਤੀ ਗਈ, ਅਸੀਂ ਤਾਂ ਆਪਣਾ ਜਿਹੜਾ ਆ ਬਿਲਕੁਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਸਤਗੀ 'ਚ ਰਹਿਣ ਵਾਲੇ ਹਾਂ, ਬਾਣੀ ਦੇ ਆਸ਼ੇ ਨਾਲ ਚੱਲਣ ਵਾਲੇ ਹਾਂ, ਸਾਡਾ ਤਾਂ ਕੋਈ ਤੀਰਥਾਂ ਨਾਲ ਸੰਬੰਧ ਨਹੀਂ ਹੈਗਾ, ਨਾ ਹੀ ਤੀਰਥਾਂ ਦੇ ਨਾਣ ਜਾਂਦੇ ਹਾਂ, ਫਿਰ ਅਸੀਂ ਕਿਉਂ ਟੈਕਸ ਦਈਏ? ਇੱਥੋਂ ਹੀ ਹਾਲਾਤ ਬਦਲਣੇ ਸ਼ੁਰੂ ਹੋ ਗਏ, ਹੋਰ ਚੀਜ਼ਾਂ ਬਦਲੀਆਂ ਬਹੁਤ ਵੱਡੇ ਪੱਧਰ 'ਤੇ। ਸੁਲਾਹ ਕੁਲਤਾ ਦੀ ਹਾਲਤ ਇਹ ਹੈ ਕਿ ਅਕਬਰ ਜਦੋਂ ਲੰਘਦਾ ਗੋਇੰਦਵਾਲ ਦੇ ਕੋਲੋਂ ਅਤੇ ਗੁਰੂ ਅਮਰਦਾਸ ਸਾਹਿਬ ਕੋਲ ਜਾ ਕੇ ਬੈਠਦਾ, ਲੰਗਰਾਂ 'ਚ ਬੈਠਦਾ, ਉਹਨਾਂ ਦੇ ਲੰਗਰ ਛਕਦਾ ਉੱਥੇ, ਉਹਨਾਂ ਦੀ ਜਾ ਕੇ ਜੋ ਉਹਨਾਂ ਦੇ ਚਰਨਾਂ ਵਿੱਚ ਉਸ ਰੂਪ ਵਿੱਚ ਵਿਰਾਜਦਾ, ਸੋ ਸਾਰੀਆਂ ਚੀਜ਼ਾਂ ਉਹ ਕਹਿੰਦੇ ਨਹੀਂ ਨਹੀਂ ਇਹ ਤਾਂ ਗੜਬੜ ਹੋ ਗਈ ਸਾਰੀ, ਆਪਾਂ ਇਹ ਸਾਰੇ ਨੂੰ ਜਿਹੜਾ ਹੁਣ ਪੁੱਠਾ ਗੇੜਾ ਦੇਣਾ, ਵੀ ਗੋ ਨਾ ਕ੍ਰੀਏਟ ਅਗੇਨ ਸੇਮ ਸਿਚੁਏਸ਼ਨ ਉਸੇ ਰੂਪ ਦੇ 'ਚ। ਇੱਥੋਂ ਫਿਰ ਜਿਹੜਾ ਬਿਲਕੁਲ ਜਿਹਨੂੰ ਅੱਜ ਕੱਲ੍ਹ ਅਸੀਂ ICC ਇਹਨਾਂ ਰੂਪ ਯਾਦ ਕਰਦੇ ਹਾਂ, ਇਹਦੀ ਫਿਰ ਉਹ ਇੱਕ ਦੌਰ ਦੀ ਉੱਥੇ ਸ਼ੁਰੂਆਤ ਅਸੀਂ ਦੇਖਦੇ ਹਾਂ ਇਤਿਹਾਸ ਦੇ ਵਿੱਚ, ਜਿਹੜੀ ਨਕਸ਼ਬੰਦੀ ਇੱਕ ਸੰਪਰਦਾ ਆ, ਸ਼ੇਖ ਅਹਿਮਦ ਸਰਹੰਦੀ ਇਹਦਾ ਮੇਨ ਕਹਿ ਲਓ ਲੀਡਰ ਸੀਗਾ, ਉਹਦਾ ਸਰਹੰਦ 'ਚ ਮਕਬਰਾ ਵੀ ਬਣਿਆ, ਅਤੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਵੱਡੇ ਪੱਧਰ 'ਤੇ ਰੋਲ ਪਲੇਅ ਕੀਤਾ, ਇਨਕਲੂਡਿੰਗ ਚੰਦੂ ਅਤੇ ਹੋਰ, ਉਹਨਾਂ 'ਚ ਇਹਦਾ ਨਾਮ ਹੀ ਪਹਿਲੇ ਨੰਬਰ 'ਤੇ ਆਉਂਦਾ ਹੈ। ਖੈਰੇ ਪੂਰ ਦਾ ਪੂਰਾ ਜਿਹੜਾ ਦੌਰ ਚੜ੍ਹ ਕੇ ਆ ਰਿਹਾ ਹੁਣ ਇਹਦੇ 'ਚ ਇਹ ਹੈ ਕਿ ਇੱਕ ਉਹਨਾਂ ਨੂੰ ਇੱਕ ਮੂਵਮੈਂਟ ਚੱਲ ਰਹੀ ਹੈ, ਇਸ ਮੂਵਮੈਂਟ ਨੂੰ ਅਸੀਂ ਤੋੜ ਦਿਆਂਗੇ, ਮੋਮੈਂਟਮ ਨਹੀਂ ਬਣਨ ਦੇਵਾਂਗੇ ਇਹਦਾ, ਅਤੇ ਉਹਦੀ ਉਹ ਤਿਆਰੀ ਕਰ ਰਹੇ ਨੇ, ਅਤੇ ਇਹ ਤਾਂ ਨਹੀਂ ਹੋ ਸਕਦਾ। ਗੁਰੂ ਅਰਜਨ ਸਰੀਖੀਆਂ ਰੂਹਾਂ ਜਿਹੜੀਆਂ ਕਰਤਾਰ ਦੇ ਗੁਣਾਂ ਨਾਲ ਪ੍ਰਣਾਈਆਂ ਨੇ, ਉਹ ਇਹ ਸਭ ਚੀਜ਼ਾਂ ਨੋਟ ਨਹੀਂ ਕਰ ਪਾ ਰਹੀਆਂ, ਉਹ ਕਰਦੀਆਂ ਨੇ, ਉਹਨਾਂ ਨੂੰ ਅਹਿਸਾਸ ਹੈ ਇਸ ਗੱਲ ਦਾ ਕਿ ਚੀਜ਼ਾਂ ਅੱਗੇ ਉਸ ਰੂਪ ਵਿੱਚ ਵੱਧ ਰਹੀਆਂ ਨੇ। ਪਰ ਨਾਲ ਦੀ ਨਾਲ ਅਸੀਂ ਕੌਮੀ ਉਸਾਰੀ ਦਾ ਇੱਕ ਅਹਿਦਨਾਮਾ ਲਿਆ ਆ, ਵਾਹਿਗੁਰੂ ਦੇ ਉਸ ਪ੍ਰਸਤਗੀ ਦੇ ਵਿੱਚ ਮਨੁੱਖਤਾ ਨੂੰ ਲੈ ਕੇ ਜਾਣਾ, ਉਹਨਾਂ ਲਈ ਇੱਕ ਆਈਡੀਅਲ ਥੋਟ ਹੋਣਾ ਚਾਹੀਦਾ ਹੈ। ਇਸ ਰੂਪ ਵਿੱਚ ਸਮਝ ਲਈਏ, ਆਪਾਂ ਜਦੋਂ ਦੁਨੀਆ ਪੱਧਰ 'ਤੇ ਦੇਖਦੇ ਹਾਂ ਨਾ, ਅਤੇ ਧਰਮ ਜਿਹੜਾ ਆ ਇਹ ਤਾਂ ਬੜਾ ਵੱਡਾ ਰੋਲ ਆ। ਕੈਨੇਡਾ ਦੇ ਵਿੱਚ ਚਰਚ ਓਰੀਐਂਟਡ ਰਿਹਾ ਸਾਰਾ ਕੁਛ, ਪਿਛਲੇ 40-50 ਸਾਲਾਂ ਦੇ ਵਿੱਚ ਜਿੰਨੇ ਵੱਡੇ ਚੇਂਜਸ ਆਏ ਨੇ, ਆਪ ਜੇ ਕਿਤੇ ਚੀਜ਼ਾਂ ਨੂੰ ਸੁਣੋਗੇ, ਮਾਇੰਡਫੁਲਨੈਸ ਜੇ ਸਿੱਧੇ ਰੂਪ ਵਿੱਚ ਕਿਹਾ ਜਾਏ ਤਾਂ ਇਹ ਬੁੱਧਿਸਟ ਸਲੋਗਨ ਆ, ਸਿੱਧੇ ਤੌਰ 'ਤੇ ਮਾਇੰਡਫੁਲਨੈਸ ਮੈਡੀਟੇਸ਼ਨ ਦਾ ਇਹ ਜਿਹੜੀ ਟਰਨੋਲੋਜੀ ਹੈ ਬੁੱਧਿਸਟ ਸਲੋਗਨ ਵਿੱਚੋਂ ਆ ਰਹੀ ਸਿੱਧੇ ਤੌਰ 'ਤੇ। ਹੁਣ ਉਹਦੇ 'ਚ ਆਪਾਂ ਦੇਖੀਏ, ਐਟਲਾਂਟਿਕ ਕੈਨੇਡਾ ਚਲੇ ਜਾਓ ਤੁਸੀਂ, ਉੱਥੇ ਵੱਡੇ ਵੱਡੇ ਬੁੱਧਿਸਟ ਟੈਂਪਲ ਉਸਰ ਰਹੇ ਨੇ, ਵੱਡੇ ਵੱਡੇ। ਉਹ ਕੌਣ ਉਸਾਰ ਰਿਹਾ? ਉਹ ਥਾਈ ਬੁੱਧਿਸਟ ਆ ਕੇ, ਜਾਂ ਜਿਹੜੇ ਨੇ ਜੈਪਨੀਜ਼ ਬੁੱਧੀ ਜ਼ੈਨ ਬੁੱਧੀਜ਼ਮ ਵਾਲੇ, ਜਾਂ ਚਾਈਨੀਜ਼ ਬੁੱਧਿਸਟ ਆ ਕੇ, ਜਾਂ ਤਿਬਤੀ ਆ ਕੇ, ਉਹ ਉਸਾਰ ਰਹੇ? ਨੋ, ਵਾਈਟ ਕਮਿਊਨਿਟੀ ਆਪਣੇ ਲੋਕਾਂ ਦੇ ਵਿੱਚੋਂ ਜਿਹੜੇ ਮੈਡੀਟੇਸ਼ਨ 'ਤੇ ਨਾ ਧਾਰਾਵਾਂ ਸਾਰੀਆਂ 'ਚ ਜਾ ਰਹੇ ਨੇ। ਰੀਸੈਂਟਲੀ ਮੈਂ ਇੱਕ ਪੂਰੀ ਸਮਰੀ ਪੜ੍ਹ ਰਿਹਾ ਸੀਗਾ ਪਿਛਲੇ ਸਮੇਂ, ਜਿਹੜੀਆਂ ਬੈਸਟ ਸੈਲਿੰਗ ਬੁੱਕਸ ਰਹੀਆਂ ਸਪਿਰਿਚੁਅਲ ਐਂਗਲ ਤੋਂ, ਮਤਲਬ ਉਸ ਤਰੀਕੇ ਨਾਲ, ਅਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਸਪਿਰਿਚੁਅਲਿਟੀ ਦੇ ਫਿਨੋਮਿਨੇ ਦੀ ਗੱਲ ਕੀਤੀ, ਅਤੇ ਉਹਦੇ 'ਚ ਕਿਹਾ ਕਿ ਜਿਹੜੀਆਂ ਬੈਸਟ ਸੈਲਿੰਗ ਬੁੱਕ ਨੇ ਉਹਨਾਂ ਦੇ 'ਚ ਟੌਪ ਦੇ ਉੱਤੇ ਜਿਹੜੀ ਬੁੱਕ ਜਾ ਰਹੀ ਹੈ ਉਹ ਹੈ ਪਾਵਰ ਆਫ ਨਾਓ। ਟੋਟਲੀ ਬੁੱਧਿਸਟ ਥੋਟ ਦੇ ਉੱਤੇ ਬੇਸਡ ਹੈ, ਕੈਨੇਡੀਅਨ ਸਕਾਲਰ ਨੇ ਲਿਖੀ ਹੈ ਪਰ ਲਿਖੀ ਉਸੇ ਬੇਸ ਦੇ ਉੱਤੇ ਹੈ। ਸੋ ਇੱਥੋਂ ਚੀਜ਼ਾਂ ਉਸ ਰੂਪ ਵਿੱਚ ਆ ਰਹੀ। ਇਹਦੀ ਜਦੋਂ ਅਸੀਂ ਸਾਈਕੋਲੋਜੀਕਲ ਸਾਈਡ ਤੋਂ ਐਕਸਪਲੇਨੇਸ਼ਨ ਦੇਖ ਰਹੇ ਹਾਂ, ਤਾਂ ਇਸ ਤਰ੍ਹਾਂ ਜਾਣੋ ਕਿ ਬੰਦੇ ਨੂੰ ਨਾ ਚਲਾਉਣ ਲਈ ਦੋ ਫੋਰਸ ਐਟਲੀਸਟ ਚਾਹੀਦੀਆਂ ਨੇ,
ਇੱਕ ਅਸੀਂ ਸੋਸ਼ੀਓ ਇਨਵਾਇਰਮੈਂਟ ਕਹਿੰਦੇ ਹਾਂ ਜਿਹੜਾ ਸਪੋਰਟ ਕਰਦਾ ਆ। ਮੈਂ ਕਹਾਂ ਕਿ ਮੈਂ ਬੈਠ ਕੇ ਪਾਠ ਕਰਨਾ ਆ ਅਤੇ ਮੇਰਾ ਆਲਾ ਦੁਆਲਾ ਚੀਕ ਚਹਾੜਾ ਪੈ ਰਿਹਾ, ਰੌਲਾ ਪੈ ਰਿਹਾ, ਗਾਣੇ ਚੱਲ ਰਹੇ ਨੇ, ਸਾਰਾ ਆਲ ਪਤਾਲ ਹੋਇਆ, ਮੈਂ ਕਿਵੇਂ ਪਾਠ ਕਰ ਸਕਦਾ? ਮੈਨੂੰ ਸੋਸ਼ਲ ਇਨਵਾਇਰਮੈਂਟ ਸਪੋਰਟ ਹੀ ਨਹੀਂ ਕਰਦਾ। ਮੈਂ ਕਹਾਂ ਮੈਂ ਸੋਸ਼ਲ ਇਨਵਾਇਰਮੈਂਟ ਨੂੰ, ਮਤਲਬ ਸਪੋਜ਼ ਕਰੋ ਕੋਈ ਬੰਦਾ ਕਹਿੰਦਾ ਮੈਂ ਆਦਤ ਬਦਲਣੀ, ਆਦਤ ਕੋਈ ਨਸ਼ਿਆਂ ਦੀ ਕਿਸੇ ਰੂਪ 'ਤੇ ਛੱਡਣੀ ਹੈ, ਅਤੇ ਹਾਲਤ ਇਹ ਹੈ ਘਰ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਨਸ਼ਿਆਂ ਤੋਂ ਬਿਨਾਂ ਕੁਛ ਹੈ ਨਹੀਂ, ਬਾਰਾਂ ਬਣੀਆਂ ਨੇ, ਸਭ ਕਿਵੇਂ ਛੱਡੋਗੇ? ਹਰ ਹਫ਼ਤੇ ਦੋ ਦੋ ਪਾਰਟੀਆਂ ਜਿੱਥੇ ਸ਼ਰਾਬ ਚੱਲ ਰਹੀ ਹੈ, ਲੋਕ ਆਲੇ ਦੁਆਲੇ ਸਾਰੇ ਪ੍ਰੇਰ ਰਹੇ ਨੇ, ਸੋਸ਼ਲ ਇਨਵਾਇਰਮੈਂਟ ਸਪੋਰਟ ਨਹੀਂ ਕਰਦਾ, ਕਿਵੇਂ ਹੋਏਗਾ? ਸੋਸ਼ਲ ਇਨਵਾਇਰਮੈਂਟ ਸਪੋਰਟ ਕਰੇ, ਉਹਦੇ 'ਚ ਫਿਰ ਵੱਡੀ ਸੋਸਾਇਟੀ ਦੇ ਸਟਰਕਚਰ ਤੋਂ ਲੈ ਕੇ ਫੈਮਿਲੀ ਇਨਵਾਇਰਮੈਂਟ ਤੱਕ ਬਾਤ ਆਉਂਦੀ ਹੈ। ਉਸ ਤੋਂ ਬਾਅਦ ਇੱਕ ਇੰਟਰਨਲ ਫੋਰਸ, ਇੱਕ ਸਪਿਰਿਚੁਅਲ ਸਾਈਡ ਤੋਂ ਬੰਦੇ ਨੂੰ ਕੁਝ ਅੰਦਰੋਂ ਆਵਾਜ਼ ਆਵੇ, ਯੂ ਨੋ ਆਈ ਵਾਂਟ ਟੂ ਐਕਚੁਲੀ ਡੂ ਸਮ ਚੇਂਜਿਸ, ਤਾਂ ਬਾਤ ਬਣੇਗੀ। ਇਹ ਦੋਨਾਂ ਦਾ ਕੰਬੀਨੇਸ਼ਨ ਜਿਹੜਾ ਆ, ਇਹ ਹਿਊਮਨ ਪਰਸੋਨਾ ਜਿਹੜਾ, ਹਿਊਮਨ ਪਰਸਨੈਲਿਟੀ ਹੈ, ਇਹਦੇ 'ਚ ਕੁਝ ਤਬਦੀਲੀ ਕਰਨ 'ਚ ਮਦਦ ਕਰਵਾਉਂਦਾ। ਹੁਣ ਗੁਰੂ ਸਾਹਿਬ ਦੋਨੋਂ ਰੂਪਾਂ ਨੂੰ ਕੰਬਾਈਨ ਕਰਕੇ ਲਿਆ ਰਹੇ ਨੇ, ਮੇਰੇ ਨਾਲ ਦੋ ਪਲ ਲਿਓ, ਹੁਣ ਦੋਨਾਂ ਰੂਪਾਂ ਨੂੰ ਨਾਲ ਲੈ ਕੇ ਆ ਰਹੇ ਨੇ। ਡੈਫੀਨੇਟਲੀ ਕੀਰਤਨ ਸੰਸਥਾ ਹੈ ਸਾਡੀ ਸਭ ਤੋਂ ਵੱਡੀ, ਸੰਗਤ ਸਾਡਾ ਇੰਸਟੀਟਿਊਸ਼ਨ ਹੈ ਬੜਾ ਵੱਡਾ। ਕੀਰਤਨ ਅਤੇ ਸੰਗਤ ਦੇ ਕੋਨਸੈਪਟ ਦੇ ਵਿੱਚ ਗੁਰਬਾਣੀ ਮੇਨ ਧਾਰਾ ਆ। ਹੁਣ ਜੇ ਕੀਰਤਨ ਵੀ ਕਰਨਾ ਆ ਤਾਂ ਕੀਰਤਨ ਆਖਰਕਾਰ ਕਿਸੇ ਜਗ੍ਹਾ 'ਤੇ ਬੈਠ ਕੇ ਹੋਏਗਾ ਨਾ। ਜੇ ਸੰਗਤ ਵੀ ਕਰਨੀ ਹੈ ਤਾਂ ਸੰਗਤ ਲਈ ਕੁਝ ਨਾ ਕੁਝ ਇਹੋ ਜਿਹਾ ਆਲਾ ਦੁਆਲਾ ਇਨਵਾਇਰਮੈਂਟ ਹੋਏਗਾ। ਬਾਣੀ ਹੈ ਇਹ ਇੰਟਰਨਲ ਲੈਵਲ 'ਤੇ ਸਾਨੂੰ ਉਹ ਸਾਰੇ ਸਕੂਲ ਆਫ ਥਾਟ ਨਾਲ ਜੋੜਦੀ ਹੈ, ਸਭ ਚੀਜ਼ਾਂ ਦੇ ਨਾਲ, ਪਰ ਇੱਕ ਵਾਜਬ ਢੰਗ ਦੇ ਨਾਲ, ਬੜੀ ਆਲਾ ਢੰਗ ਨਾਲ ਇੱਕ ਸੋਸ਼ਲ ਸਟਰਕਚਰ ਬਿਲਡ ਕੀਤਾ ਜਾਏ, ਇਨਵਾਇਰਮੈਂਟ ਲਿਆਂਦਾ ਜਾਏ। ਇਹਦੀ ਸ਼ੁਰੂਆਤ ਹੋ ਚੁੱਕੀ। ਗੁਰੂ ਨਾਨਕ ਸਾਹਿਬ ਸਮੇਂ ਕਰਤਾਰਪੁਰ ਵਸਾਉਣਾ, ਫਿਰ ਵਸਾਇਆ, ਫਿਰ ਵਣ ਸਤਿਗੁਰ ਖਾਡੂਰ ਉਜੜੇ ਖਡੂਰ ਵਸਾਏ, ਮਹਾਰਾਜ ਨੇ ਫਿਰ ਗੋਇੰਦਵਾਲ ਵਸਾਇਆ, ਗੁਰੂ ਰਾਮਦਾਸ ਸਾਹਿਬ ਅੰਮ੍ਰਿਤਸਰ ਨਗਰੀ ਦੀ ਤਾਮੀਰੀਅਤ ਕਰਦੇ ਚੱਕ ਗੁਰੂ ਰਾਮਦਾਸ ਦੇ ਰੂਪ ਦੇ ਵਿੱਚ, ਅਤੇ ਹੁਣ ਗੁਰੂ ਅਰਜਨ ਸਾਹਿਬ ਦਾ ਦੌਰ ਆਇਆ। ਅਤੇ ਮਹਾਰਾਜ ਕਹਿੰਦੇ ਇੱਥੇ ਇੱਕ ਬਿਲਕੁਲ ਅਲਾਹੀ ਫਿਜ਼ਾਂ ਦੇ ਨਾਲ, ਬਿਲਕੁਲ ਡਿਵਾਈਨ ਇਨਵਾਇਰਮੈਂਟ ਦੇ ਨਾਲ ਅਸੀਂ ਇੱਕ ਵੱਡੀ ਉਸਾਰੀ ਕਰਾਂਗੇ। ਇਹ ਕੌਮੀ ਉਸਾਰੀ ਹੋਣ ਦਾ ਕਾਰਜ ਉਸ ਰੂਪ ਵਿੱਚ ਹੋਣਾ ਹੈ। ਉਹਦੇ ਲਈ ਗੁਰੂ ਬਾਬਾ ਜੀ ਨੇ ਜਿਹੜੀ ਇਹ ਅੰਮ੍ਰਿਤਸਰ ਦੀ ਪਾਣੀ ਦੀ ਢਾਬ ਸੀਗੀ ਸਰੋਵਰ, ਇਹਦੇ ਵਿੱਚ ਕੌਲ ਦੀ ਤਰ੍ਹਾਂ ਖਿੜਿਆ ਹੋਇਆ ਅਸਥਾਨ ਉਸਾਰਨਾ, ਦਰਬਾਰ ਸਾਹਿਬ ਜੀ ਨੂੰ ਕਹਿੰਦੇ ਹਾਂ ਅਸੀਂ, ਉਸਦੀ ਉਸਾਰੀ ਦੀ ਬਾਤ ਕੀਤੀ। ਪਹਿਲੀ ਗੱਲ ਤਾਂ ਇਹ ਹੈ ਕਿ ਇਸਟੈਬਲਿਸ਼ਮੈਂਟ ਇੱਕਦਮ ਸਥਾਪਤੀ ਜਿਹੜੀ ਉਹ ਬਰਖਲਾਫਤ ਚੜ੍ਹ ਕੇ ਆ ਰਹੀ ਹੈ, ਬਿਲਕੁਲ ਦਿਸ ਰਿਹਾ ਸਾਰਾ ਪਿਆ ਰੂਪ ਸਾਰੇ ਦਾ ਸਾਰਾ ਬਣ ਰਿਹਾ। ਤੁਸੀਂ ਆਲੇ ਦੁਆਲੇ ਜਾਓ ਇੱਥੇ, ਅਤੇ ਮਾਫ਼ੀ ਚਾਹਾਂਗਾ ਮੈਂ, ਜਿਹੜੇ ਸੈਂਟੀਮੈਂਟਸ ਜਿਵੇਂ ਦੇ ਨਜ਼ਰ ਪੈਂਦੇ ਨੇ ਉਹਦੇ 'ਚ, ਤੁਸੀਂ ਮਤਲਬ ਪ੍ਰਾਈਮ ਮਿਨਿਸਟਰ ਦੇ ਨਾਂ ਦੇ ਨਾਲ ਐਫ ਲਿਖ ਕੇ ਅਤੇ ਉਹਦੇ ਨਾਲ ਹੋਰ ਬਹੁਤ ਸਾਰੇ ਸਲੋਗਨ ਲਾ ਕੇ, ਤੁਹਾਨੂੰ ਲਿਟਰਲੀ ਤੌਰ 'ਤੇ ਲੋਕ ਡੈਮੋਸਟ੍ਰੇਸ਼ਨ ਕਰਦੇ ਮਿਲ ਜਾਣਗੇ। ਤੁਸੀਂ ਕਿਤੇ ਜਾਓ, ਨੌਰਥ ਨੂੰ ਜਾਓ, ਕਿਤੇ ਜਾਓ, ਯੂ ਕੈਨ ਸੀ ਸੋ ਮੈਨੀ ਪੀਪਲ ਆਰ ਡੂਇੰਗ ਲਿਟਰਲੀ ਤੌਰ 'ਤੇ, ਦੇ ਆਰ ਸਿਟਿੰਗ ਨੀਅਰ ਦਾ ਰੋਡਸ ਐਂਡ ਆਲ ਦੈਟ। ਅਤੇ ਇਹ ਇਕੱਲਾ ਇੱਥੇ ਨਹੀਂ, ਸਾਊਥ ਆਫ ਦਾ ਬਾਰਡਰ ਚਲੇ ਜਾਈਏ, ਜਿਹੜਾ ਫਾਰਮਲ ਪ੍ਰੈਜ਼ੀਡੈਂਟ ਸੀਗਾ ਅਤੇ ਅੱਗੇ ਕੈਂਡੀਡੇਟ ਆ ਜਿਹਦੇ 'ਚ ਮਤਲਬ ਬਹੁਤ ਪੋਟੈਂਸ਼ੀਅਲ ਆ ਕਿ ਉਸ ਹੋ ਸਕਦਾ ਵਾਪਸੀ ਕਰ ਜਾਏ, ਉਹਦੇ ਉੱਤੇ ਸੁਪਰੀਮ ਕੋਰਟ 'ਚ ਕੇਸ ਚੱਲ ਰਿਹਾ ਆ ਕਿ ਇਹਨੂੰ ਜਿਹੜਾ ਜੋ ਕੁਛ ਹੋਇਆ ਸੀਗਾ ਲਾਸਟ ਇਲੈਕਸ਼ਨ ਤੋਂ ਬਾਅਦ ਉਹਦੇ ਲਈ ਰਿਸਪੋਂਸੀਬਲ ਬਣਾਇਆ ਜਾਏ ਕਿ ਨਾ ਬਣਾਇਆ ਜਾਏ। ਸੋ ਇਨ ਏ ਵੇ ਮਤਲਬ ਸਿਚੁਏਸ਼ਨ ਤਾਂ ਦਿਸ ਹੀ ਰਹੀ ਸਾਰੇ ਦੀ ਸਾਰੀ ਇਹ ਚੀਜ਼ਾਂ, ਅਤੇ ਬੀਇੰਗ ਏ ਸਿਟੀਜਨ ਆਫ ਦਿਸ ਸੋਸਾਇਟੀ ਵੀ ਹੈਵ ਟੂ ਬੀ ਅਵੇਅਰ, ਵੀ ਹੈਵ ਟੂ ਟਾਕ ਅਬਾਊਟ ਇਟ, ਵੀ ਹੈਵ ਟੂ ਐਕਚੁਲੀ ਡੂ ਦੇਰ ਓਨ ਕਾਇੰਡ ਆਫ ਰੋਲਸ ਓਵਰ ਹੇਅਰ। ਇਹ ਥੋੜ੍ਹਾ ਕਿਤੋਂ ਬਾਹਰੋਂ ਕਿਸੇ ਨੇ ਆ ਕੇ ਕੋਈ
ਕੋਈ ਸੁਪਰਨੈਚੁਰਲ ਪਾਵਰ ਆਏਗੀ ਤਾਂ ਉਹ ਸਾਰਾ ਕੁਝ ਠੀਕ ਕਰੇਗੀ। ਪੋਲੀਟੀਕਲ ਰੀਪ੍ਰੈਜੈਂਟੇਸ਼ਨ ਹੈ ਕਿਸੇ ਦੀ, 2% ਹੈ, 5% ਹੈ, 7% ਹੈ, ਪਰ ਇਹ ਸਾਰੇ ਦੇ ਬਾਬਤ ਕਿੰਨੀ ਕੁ ਗੱਲ ਹੁੰਦੀ। ਅਧਿਆਤਮਕਤਾ ਇਹ ਗੁਣਾਂ 'ਤੇ ਖੜੀ ਹੈ। ਫਿਰ ਬਾਤ ਕਰ ਦਿੰਦਾ, ਸਭ ਤੋਂ ਵੱਡਾ ਗੁਣ ਇਹਦੇ 'ਚ ਕਰਜ ਦਾ ਹੈ, ਦਲੇਰੀ ਦਾ। ਦਲੇਰੀ ਸਿਰਫ ਇਹ ਨਹੀਂ ਹੁੰਦੀ ਕਿ ਤੁਸੀਂ ਕਿਸੇ ਨਾਲ ਲੜ ਪਏ ਕਿ ਗਲ ਪੈ ਗਏ, ਦਲੇਰੀ ਇਹ ਹੈ ਜੋ ਸਿਚੁਏਸ਼ਨ ਵਿਖਾ ਰਹੀ ਹੈ ਉਹ ਤੁਸੀਂ ਇਲਿਊਜ਼ਨ 'ਚ ਨਾ ਲੈ ਕੇ ਜਾਓ, ਕਿਸੇ ਐਵੇਂ ਮਤਲਬ ਫੇਕ ਰੂਪ 'ਚ ਨਾ ਲੈ ਕੇ ਜਾਓ, ਉਹਨੂੰ ਰਿਐਲਿਟੀ 'ਚ ਪਰਸੀਵ ਕਰੋ, ਉਹ 'ਤੇ ਬਣਦਾ ਸਰਦਾ ਰੋਲ ਅਦਾ ਕਰੋ। ਇਹ ਚੀਜ਼ਾਂ ਹੁੰਦੀਆਂ। ਗੁਰੂ ਮਹਾਰਾਜ ਸਾਰੇ ਦੇ ਬਾਬਤ ਸਾਨੂੰ ਅਵੇਅਰ ਕਰ ਰਹੇ ਨੇ, ਸਾਨੂੰ ਜਾਗਰਿਤ ਕਰ ਰਹੇ ਨੇ। ਧਰਤੀ ਨੂੰ ਰਹਿਣ ਦੇ ਕਾਬਲ ਬਣਾਉਣਾ, ਲੋਕਾਂ ਦਾ ਭਲਾ ਕਰਨਾ, ਕਲਿਆਣ ਕਰਨਾ ਲੋਕਾਂ ਵਾਸਤੇ। ਕੋਈ ਵਕਤੀ ਤੌਰ 'ਤੇ ਨਹੀਂ ਵੀ ਮੈਨੂੰ ਇਹ ਹੈ ਕਿ ਮੇਰਾ ਕੀ ਹੈ, ਮੈਂ 10 ਸਾਲ ਹੋਲ ਹੈਗਾ, ਹੂ ਕੇਅਰ, 10 ਸਾਲਾਂ ਬਾਅਦ ਆਪਾਂ ਤੁਰ ਜਾਣਾ, ਦੁਨੀਆ ਮਰਦੀ ਹੈ, ਮਰੇ ਪਈ। ਇਹ ਇਨਸਾਨੀ ਫਿਤਰਤ ਥੋੜ੍ਹਾ ਹੋ ਸਕਦੀ ਹੈ। ਇੱਥੇ ਤਾਂ ਇਹ ਹੈ ਬੰਦਾ ਆਪਣੀ ਜਾਨ ਵੀ ਦੇ ਅਤੇ ਕਹੇ ਮੈਂ ਰਹਾਂ ਨਾ ਰਹਾਂ, ਇਨਸਾਨੀਅਤ ਰਹੇਗੀ ਇੱਥੇ, ਧਰਤੀ 'ਤੇ ਆਬਾਦ ਰਹੇਗਾ ਸਭ ਕੁਛ। ਇੱਥੇ ਕਰਤਾਰੀ ਕੁਦਰਤ ਆਪਣੀ ਖੇਡ ਪ੍ਰੋਪਰ ਵਿੱਚ ਖੇਡੇਗੀ। ਇਹਦੀ ਬਾਤ ਇਸ ਢੰਗ ਨਾਲ ਜਿਹੜੀ ਹੈ ਉਹ ਵਾਪਰਦੀ, ਇਸ ਅਹਿਸਾਸ 'ਚ ਲਿਆਉਂਦੀ ਜਾਏ। ਖੈਰ, ਗੁਰੂ ਮਹਾਰਾਜ ਜਿਸ ਰੂਪ 'ਚ ਸਾਰੀ ਬਾਤ ਪਾ ਰਹੇ ਕਰ ਰਹੇ, ਬੜਾ ਵੱਡਾ ਮਹਾਰਾਜ ਨੇ ਇੱਕ ਅਹਿਦ ਲਿਆ ਕਿ ਆਪਾਂ ਇੱਕ ਦਰਬਾਰ ਸਾਹਿਬ ਦੀ ਉਸਾਰੀ ਕਰਨੀ ਹੈ, ਆਪਾਂ ਇਸ ਉੱਮਤ ਨੂੰ ਜਿਹੜੀ ਬਿਲਕੁਲ ਲੋਅਰ ਲੈਵਲ 'ਤੇ ਰੱਖੀ ਸੀ, ਜਿਹਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਕਿ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕਹਿ ਸੰਗ ਸਾਥ। ਨਾਨਕ ਤੇ ਉਹਨਾਂ ਨਾਲ ਸਾਥ ਹੈ ਜਿਨ੍ਹਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ, ਕੋਈ ਕਹਿੰਦਾ ਆ ਛੂਤ ਨੇ, ਨੀਵੇਂ ਨੇ, ਇਹ ਬਿਲਕੁਲ ਬਾਬਾ ਜੀ ਕਹਿੰਦੇ ਨਹੀਂ ਨਹੀਂ ਇਹ ਮੇਰਾ ਰੂਪ ਆ, ਮੈਂ ਇਹਨਾਂ ਦੇ ਨਾਲ ਵੀ ਰਾਜਾਂਗਾ ਜਾ ਕੇ, ਉਹਨਾਂ ਨੂੰ ਪਾਤਸ਼ਾਹੀ ਦੇਣੀ ਹੈ, ਉਹਨਾਂ ਨੂੰ ਉਸ ਲੈਵਲ 'ਤੇ ਲੈ ਕੇ ਆਉਣਾ ਆ। ਸੋ ਬੜਾ ਵੱਡਾ ਕਾਰਜ ਆ ਗੁਰੂ ਬਾਬਾ ਜੀ ਨੇ ਇਹ ਉਸਾਰਨਾ ਹੈ, ਅਤੇ ਇਸ ਕਾਰਜ ਲਈ ਕੋਈ ਹੈਲਪ ਨਹੀਂ ਲੱਗ ਰਹੀ, ਕੋਈ ਨਜ਼ਰ ਨਹੀਂ ਹੈਲਪ ਆ ਰਹੀ। ਕੋਈ ਬੰਦਾ ਕਹੇਗਾ ਵਗਦੇ ਵਹਿਣ ਨੂੰ ਗੁਰੂ ਅਰਜਨ ਸਾਹਿਬ ਜਾਣਾ ਚਾਹੁੰਦੇ ਨੇ, ਕੌਣ ਮਦਦ ਕਰੇਗਾ? ਬਾਬਾ ਜੀ ਨੇ ਕਿਹਾ ਅਕਾਲ ਪੁਰਖ ਵਾਹਿਗੁਰੂ, ਅਤੇ ਉਸਨੇ ਮੇਰੇ ਤੁਹਾਡੇ ਸਾਰਿਆਂ ਦੇ ਵਿੱਚ ਰਵਦਿਆਂ ਹੋਇਆਂ ਹੀ ਸਾਨੂੰ ਇਹ ਸ਼ਕਤੀ ਦਿੱਤੀ ਹੈ ਅਤੇ ਅਸੀਂ ਇਹ ਸਭ ਕਾਰਜ ਕਰਾਂਗੇ। ਇਸ ਕਰਕੇ ਜਿਹੜਾ ਸ਼ਬਦ ਅਸੀਂ ਪੜ੍ਹ ਰਹੇ ਨਾ, ਸੰਤਾਂ ਕੇ ਕਾਰਜ ਆਪ ਖਲੋ, ਇੱਕ ਸੰਤ ਦਾ ਕਾਰਜ ਆ, ਅਤੇ ਸੰਤ ਦਾ ਕਾਰਜ ਬਹੁਤ ਵੱਡਾ ਹੁੰਦਾ। ਸੰਤ ਦਾ ਕਾਰਜ ਆਪੇ ਤੋਂ ਵੱਡਾ ਹੈ, ਉਹ ਖੁਦੀ ਲਈ ਤਾਂ ਲੜ ਹੀ ਨਹੀਂ ਰਿਹਾ, ਉਹ ਤਾਂ ਖੁਦਾ ਪ੍ਰਸਤ ਹੋ ਕੇ ਲੁਕਾਈ ਅਤੇ ਖੁਦਾਈ ਲਈ ਉਸ ਰੂਪ 'ਚ ਚੱਲ ਰਿਹਾ ਹੈ। ਇੱਥੇ ਜਾ ਕੇ ਫਿਰ ਉਹ ਕਾਰਜ ਰਾਸ ਹੁੰਦੇ ਨੇ। ਇਸ ਰੂਪੇ ਸਮਝ ਲਈਏ, ਆਪਾਂ ਜਦੋਂ ਬਾਣੀ ਦੇ ਬਾਬਤ ਬੜੀ ਕਹਿ ਲਈਏ ਇੱਕ ਸੁਪਰਫਿਸ਼ਲ ਅੰਡਰਸਟੈਂਡਿੰਗ ਦੇ ਨਾਲ ਚੀਜ਼ਾਂ ਨੂੰ ਦੇਖ ਕੇ, ਅਤੇ ਫਿਰ ਇਤਰਾਜ਼ ਗਿਲੇ ਕਰਦੇ ਹਾਂ, ਸ਼ਬਦ ਆਹ ਕਹਿ ਰਿਹਾ, ਮੇਰਾ ਕਾਰਜ ਬਣ ਨਹੀਂ ਰਿਹਾ, ਇਹ ਕਿਉਂ ਹੈ? ਕਾਰਜ 'ਤੇ ਦੇਖ ਕਿਹੜਾ ਕਿਹੜਾ ਆ ਤੇਰਾ? ਜਿਹੜੀਆਂ ਚੀਜ਼ਾਂ ਤੈਨੂੰ ਦਿਸ ਰਹੀਆਂ, ਆਲੇ ਦੁਆਲੇ ਨਜ਼ਰ ਆ ਰਹੀਆਂ, ਉਹਨਾਂ 'ਚ ਸਹੀ ਰੂਪ ਵਿੱਚ ਆਪਣਾ ਕੰਟਰੀਬਿਊਟ ਕਰ, ਸਹੀ ਰੂਪ ਵਿੱਚ ਆਪਣਾ ਰੋਲ ਪਲੇ ਕਰ। ਕੁਦਰਤ ਮੰਜ਼ਰਆਮ ਕਰਦੀ ਹੈ, ਚੀਜ਼ਾਂ ਵਿਖਾਉਂਦੀ, ਸਿਖਾਉਂਦੀ, ਦਰਸਾਉਂਦੀ ਹੈ ਸਭ ਰੂਪਾਂ ਦੇ ਵਿੱਚ। ਸਰਲ ਕਰਕੇ ਹੋਰ ਬਿਆਨ ਕਰ ਦਿੰਦਾ ਮੈਂ ਇਸ ਨੂੰ। ਮੇਰੇ ਨਾਲ ਇੱਕ ਸੱਜਣ ਕੰਮ ਕਰਦੇ ਸਾਈਕੋਥੈਰੇਪਿਸਟ ਨੇ ਪ੍ਰਿਜ਼ਨ ਸੈਟਿੰਗ ਦੇ ਅੰਦਰ ਸਾਡੇ ਨਾਲ, ਅਤੇ ਉਹ ਹੋਇਆ ਇਹ ਕਿ ਉਹ ਅਕਸਰ ਆਪਣੀ ਕਿਤੇ ਨਾ ਕਿਤੇ ਕੋਈ ਨਾ ਕੋਈ ਕਹਾਣੀ ਬਿਆਨ ਕਰਦਾ ਜਦੋਂ ਕਿਤੇ ਅਸੀਂ ਬੈਠਦੇ ਗੱਲਬਾਤ ਕਰਦੇ, ਅਤੇ ਜਦੋਂ ਗੱਲਬਾਤ ਕਰਦਾ ਆਪਣੇ ਬਾਰੇ ਦੱਸਦਾ, ਆਪਣੀ ਇੱਕ ਸਿਸਟਰ ਹੈਗੀ ਉਹਦੇ ਬਾਰੇ ਦੱਸਦਾ, ਆਪਣਾ ਇੱਕ ਬ੍ਰਦਰ ਹੈ ਉਹਦੇ ਬਾਰੇ ਦੱਸਦਾ, ਅਤੇ ਸਮਹਾਓ ਇੱਕ ਦਿਨ ਡਿਸਕਸ਼ਨ ਕਰਦਿਆਂ ਕਰਦਿਆਂ ਉਸਨੇ ਇੱਕ ਆਪਣੇ ਹੋਰ ਸਿਬਲਿੰਗ ਦੀ ਗੱਲ ਕੀਤੀ, ਅਤੇ ਉਹ ਜਦੋਂ ਉਸ ਸਿਬਲਿੰਗ ਦੀ ਗੱਲ ਕੀਤੀ ਅਤੇ ਉਹਦੇ ਬਾਰੇ ਜੋ ਕੁਛ ਦੂਜਿਆਂ ਬਾਰੇ ਦੱਸਦਾ ਉਹ ਤੋਂ ਬਿਲਕੁਲ ਆਪੋਜ਼ਿਟ ਸੀਗਾ।
ਮੀਨ ਇਹ ਸਾਰੇ ਦੇ ਸਾਰੇ ਸਿਬਲਿੰਗ, ਇਹ ਸਾਰੇ ਹਾਈਲੀ ਐਜੂਕੇਟਡ ਨੇ, ਵੈਲ ਆਫ ਨੇ, ਮਤਲਬ ਚੰਗੇ, ਉਹ ਸਾਰਾ ਜੀਵਨ ਜਿਹੜਾ ਉਹਨਾਂ ਦਾ ਬਿਲਕੁਲ ਮਿਡਲ ਕਲਾਸ ਵਿੱਚ ਜੀਵਨ ਜੀ ਰਹੇ ਨੇ, ਸਭ ਚੀਜ਼ਾਂ ਦੇ ਵਿੱਚ ਆਲੇ ਦੁਆਲੇ ਵੀ ਬੜਾ ਕੰਟਰੀਬਿਊਸ਼ਨ ਸਹੀ ਰੂਪ ਵਿੱਚ ਕਰ ਰਹੇ ਨੇ, ਉਹਦੇ ਬਾਰੇ ਗੱਲ ਕੀਤੀ, ਉਹਦੇ ਪਤਾ ਲੱਗਾ ਕਿ ਉਹ ਤਾਂ ਬਿਲਕੁਲ ਹੀ ਜੀਵਨ ਇੱਕ ਤਰ੍ਹਾਂ ਦਾ ਫੇਲੀਅਰ ਦੇ ਰੂਪ ਵਿੱਚ ਜਿਵੇਂ ਹੁੰਦਾ ਆ। ਖੈਰ ਜਦੋਂ ਗੱਲਬਾਤ ਹੋਈ ਤਾਂ ਕਹਿੰਦਾ ਵੀ ਉਹ ਸਾਡੀ ਬੜੀ ਵਧੀਆ, ਸਾਡੀ ਬਾਉਂਡਿੰਗ ਬੜੀ ਵਧੀਆ ਆ, ਅਸੀਂ ਉਹਨੂੰ ਪਿਆਰ ਬੜਾ ਕਰਦੇ ਹਾਂ ਸਭ ਚੀਜ਼ਾਂ ਦੇ ਰੂਪ ਦੇ ਵਿੱਚ, ਬਟ ਮੀਨ ਵਾਈਲ ਵੀ ਆਰ ਡੂਇੰਗ ਆਲ ਦੋਜ਼ ਐਕਚੁਲੀ ਕਾਇੰਡ ਆਫ ਰੋਲ ਫਰੋਮ ਆਵਰ ਸਾਈਡ, ਬਟ ਹੀ ਇਜ਼ ਨੋਟ ਡੂਇੰਗ, ਹੀ ਇਜ਼ ਈਵਨ ਨੋਟ ਪਰਸੀਵਿੰਗ ਆਵਰ ਲਵ, ਹੀ ਇਜ਼ ਨੋਟ ਈਵਨ ਵਿਲ ਪਰਸੀਵਿੰਗ ਆਵਰ ਹੈਲਪ ਪ੍ਰੋਪਰਲੀ, ਹੀ ਅਬਿਊਜ਼ ਇਟ, ਹੀ ਐਕਚੁਲੀ ਮਿਸਯੂਜ਼ ਇਟ, ਬਟ ਸਟਿਲ ਵੀ ਲਵ ਹਿਮ ਐਟ ਅਨਦਰ, ਸੋ ਵਾਈ ਵੀ ਆਰ ਐਕਚੁਲੀ ਪ੍ਰੋਵਾਈਡਿੰਗ ਆਲ ਦੀ ਸਪੋਰਟ ਟੂ ਹਿਮ। ਖੈਰ ਜਦੋਂ ਇਹ ਬਾਤ ਹੋਈ ਅਤੇ ਸਮ ਹਾਓ ਸਾਡੇ ਇੱਕ ਹੋਰ ਉੱਥੇ ਨਾਲ ਹੀ ਕੋਵਰਕਰ ਨੇ, ਅਤੇ ਉਹ ਕਹਿੰਦਾ ਵੀ ਮੈਂ ਤੁਹਾਨੂੰ ਪੁੱਛ ਸਕਦਾ ਵੀ ਕਿਹੜੀ ਅਸੀਂ ਫੋਰਸ ਆ ਵੀ ਉਹ ਸਭ ਇਸ ਕਰਦਾ ਵੀ ਗਲਤ ਪਿਆ ਤੁਹਾਡੇ ਨਾਲ, ਤੁਸੀਂ ਫਿਰ ਵੀ ਕਰੀ ਜਾ ਰਹੇ? ਕਹਿੰਦਾ ਹਾਂ ਫੋਰਸ ਬੜੀ ਵੱਡੀ ਹੈ। ਕਹਿੰਦਾ ਕੀ ਫੋਰਸ ਆ? ਕਹਿੰਦਾ ਫੋਰਸ ਫੈਮਿਲੀ ਵੈਲਿਊਜ਼ ਹੋਣਗੀਆਂ ਜਿਵੇਂ ਆਮ ਕਰਕੇ ਹੁੰਦਾ। ਕਹਿੰਦਾ ਨਹੀਂ ਨਹੀਂ ਉਹ ਨਹੀਂ ਹੈਗਾ, ਐਕਚੁਲੀ ਨਾ ਉਹ ਸਾਡਾ ਸਾਰਿਆਂ ਦਾ ਮੈਂਟਰ ਬਣਿਆ, ਮੈਂਟਰ ਬਣਿਆ। ਉਹ ਤਾਂ ਕਹਿੰਦੇ ਇੱਕ ਪਾਸੇ ਬਿਲਕੁਲ ਫੇਲ ਸਭ ਕੁਝ, ਕਹਿੰਦੇ ਤਾਂ ਹੀ ਤਾਂ ਮੈਂਟਰ ਬਣਿਆ। ਜਦੋਂ ਉਸਨੇ ਇਹੋ ਜਿਹੀਆਂ ਚੋਇਸਿਸ ਬਣਾਈਆਂ, ਸਭ ਚੀਜ਼ਾਂ ਹੋਈਆਂ, ਅਤੇ ਸਾਡੇ ਪੇਰੈਂਟਸ ਨੇ ਉਹਨਾਂ ਨੇ ਦੱਸਿਆ ਵੀ ਉਹ ਤੁਹਾਡੇ ਸਾਹਮਣੇ ਇਜ਼ ਮੇਕਿੰਗ ਆਲ ਦੀਜ਼ ਚੋਇਸਿਸ, ਸੋ ਇਫ ਯੂ ਗਾਇਜ਼ ਆਰ ਏਬਲ ਟੂ ਸੀ ਦੈਟ ਵਟ ਕਾਇੰਡ ਆਫ ਕੋਨਸੀਕੁਐਂਸਿਸ ਇਜ਼ ਫੇਸਿੰਗ, ਦੈਨ ਗੋ ਹੈਡ ਮੇਕ ਦੀਜ਼ ਚੋਇਸਿਸ। ਕਹਿੰਦੇ ਆਪਣੇ ਆਪ ਦੇ ਵਿੱਚ ਹੀ, ਮਤਲਬ ਇਸ ਤਰ੍ਹਾਂ ਵੀ ਜਾਣੋ। ਜਦੋਂ ਖੈਰ ਬਹੁਤ ਹੋਰ ਲੰਬੀ ਚੌੜੀ ਗੱਲ ਹੋਈ ਤਾਂ ਅਖੀਰ ਦੇ ਵਿੱਚ ਉਹ ਬੜਾ ਸਪਿਰਿਚੁਅਲ ਸਾਈਡ ਤੋਂ ਗੱਲ ਕਹਿੰਦਾ ਅਸੀਂ ਉਹਦੀ ਹੈਲਪ ਕਰਦੇ ਹਾਂ, ਹੈਲਪ ਲੈਣੀ ਵੀ ਨਹੀਂ ਚਾਹੁੰਦਾ, ਕਈ ਵਾਰੀ ਹੈਲਪ ਲੈ ਕੇ ਅਬਿਊਜ਼ ਵੀ ਕਰਦਾ, ਪਰ ਐਟ ਦਾ ਐਂਡ ਮੈਂ ਹਮੇਸ਼ਾ ਕਹਿੰਦਾ ਐਕਸਪਲੇਨੇਸ਼ਨ ਇੱਕ ਦਿੰਦਾ ਆਪ ਵੀ ਅਤੇ ਆਪਣੇ ਆਪ ਨੂੰ ਵੀ ਅਤੇ ਦੂਜੇ ਆਪਣੇ ਸਾਰੀ ਫੈਮਿਲੀ ਨੂੰ ਵੀ, ਵੀ ਇਹਦਾ ਇਹਨੂੰ ਕੁਦਰਤ ਨੇ ਰੋਲ ਇਹੀ ਦਿੱਤਾ ਸੀਗਾ, ਇਸ ਰੋਲ ਦੇ ਸਦਕਾ ਸਾਡਾ ਸਾਰਿਆਂ ਦਾ ਜੀਵਨ ਦੀਆਂ ਚੋਇਸਿਸ ਵਧੀਆਂ ਹੋ ਗਈਆਂ, ਇਹਦੇ ਵਾਸਤੇ ਅਸੀਂ ਇਹਦੇ ਥੈਂਕਫੁੱਲ ਹਾਂ। ਜਦੋਂ ਨੂੰ ਥੈਂਕਫੁੱਲ ਹੋ ਰਹੇ ਹਾਂ ਅਸੀਂ ਵਾਹਿਗੁਰੂ ਨੂੰ ਵੀ ਥੈਂਕਫੁੱਲ ਹੋ ਰਹੇ ਹਾਂ। ਇਹ ਅਸਲ ਸੰਸਾਰ ਦੇ ਵਿੱਚ ਐਕਸਪਲੇਨੇਸ਼ਨ ਹੈ ਹਰ ਚੀਜ਼ ਦੀ। ਜੋ ਚੀਜ਼ ਕੁਦਰਤ ਨੇ ਇੱਥੇ ਤਸੱਵਰ ਵਿੱਚ ਲਿਆਂਦੀ ਹੈ ਉਹਦਾ ਇੱਕ ਰੋਲ ਹੈ। ਜੇ ਮੈਨੂੰ ਜ਼ਿਆਦਾ ਸਮਝ ਆ, ਬਾਬਾ ਫਰੀਦ ਜੀ ਨੇ ਕਿਹਾ ਸੀ ਨਾ, ਫਰੀਦਾ ਜੇ ਤੂੰ ਅਕਲ ਲਤੀਫ, ਜੇ ਬੜੀ ਅਕਲ ਆ ਗਈ ਤੈਨੂੰ ਤਾਂ ਭਾਈ ਫਿਰ ਤਾਂ ਤੇਰੀ ਡਿਊਟੀ ਵੀ ਬੜੀ ਵੱਡੀ ਹੋ ਗਈ। ਜੇ ਕੋਈ ਬੰਦਾ ਕਹੇ ਵੀ ਮੈਂ ਬਹੁਤ ਸਿਆਣਾ, ਮੈਨੂੰ ਜ਼ਿਆਦਾ ਪਤਾ ਆ, ਬਾਬਾ ਫਰੀਦ ਕਹਿੰਦਾ ਫਿਰ ਤਾਂ ਠੀਕ ਆ, ਫਿਰ ਤਿਆਦਾ ਇੱਧਰ, ਫਿਰ ਤਾਂ ਤੇਰੀ ਜ਼ਿੰਮੇਵਾਰੀ ਵਧਾ ਦਿੱਤੀ, ਤੂੰ ਰਿਸਪੋਂਸੀਬਿਲਟੀ ਲੈ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਹੁਣ ਤੈਨੂੰ ਕਿਸੇ ਨੂੰ ਜੱਜ ਕਰਨ ਦੀ ਡਿਊਟੀ ਕਿਹਨੇ ਦੇਤੀ? ਤੂੰ ਕਿਸੇ ਨੂੰ ਕਿਵੇਂ ਆਪਣੇ ਜੱਜ ਕਰਕੇ ਅਤੇ ਉਹਦੇ ਬਾਬਤ ਇਸ ਤਰੀਕੇ ਨਾਲ ਡਿਸਿਪਲਿਨ ਬਣਾਉਣ ਦੀ ਕੋਸ਼ਿਸ਼ ਕਰੇਗਾ? ਨਾ, ਫਿਰ ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਇਹਦੇ ਨਾਲ ਆਪਣੀ ਹੋਰ ਦਰੁਸਤਗੀ ਕਰ, ਹੋਰ ਚੰਗਾ ਕਰ, ਹੋਰ ਬੈਟਰ ਕਰ, ਹੋਰ ਚੰਗੀਆਂ ਚੋਇਸਿਸ ਬਣਾ ਲੈ ਕੇ ਆ। ਇੱਥੋਂ ਕਾਰਜ ਰਾਸ ਹੁੰਦੇ ਨੇ, ਇਹ ਹੈ ਅਸਲ 'ਚ ਕੁਦਰਤ ਦਾ ਨਿਯਮ। ਜੇ ਗੁਰੂ ਮਹਾਰਾਜ ਸਾਰੇ ਤਸੱਵਰ ਨੂੰ ਸਾਨੂੰ ਨਾ ਸਮਝਾਉਂਦੇ, ਨਾ ਦੱਸਦੇ, ਤਾਂ ਅਲਟੀਮੇਟਲੀ ਜੋ ਕੁਝ ਅਸੀਂ ਸਾਊਥ ਏਸ਼ੀਅਨ ਖਿੱਤੇ 'ਚ ਦੇਖ ਰਹੇ ਹਾਂ, ਈਵਨ ਅਜੇ ਤੱਕ ਵੀ ਸਿਚੁਏਸ਼ਨ ਥੋੜ੍ਹਾ, 1.5 ਬਿਲੀਅਨ ਲੋਕ, 2% ਤੋਂ ਘੱਟ ਰਿਸੋਰਸਿਸ 'ਤੇ, 22% ਪਾਪੂਲੇਸ਼ਨ 2% ਤੋਂ ਵੀ ਘੱਟ ਰਿਸੋਰਸਿਸ 'ਤੇ ਆ ਉੱਥੇ। ਮਤਲਬ ਇਸ ਹਾਲਾਤ ਦੇਖੋ ਕਿਹੋ ਜਿਹੇ ਬਣੇ ਪਏ ਸਾਰੇ। ਪਰ ਇਸ ਸਭ ਦੇ ਬਾਵਜੂਦ ਵੀ ਅਸੀਂ ਪਿਛੋਕੜ ਵਿੱਚ ਆਤ ਮਾਰੀਏ ਸਾਰੇ, ਅਤੇ ਇੱਕ ਛੋਟੀ ਜਿਹੀ ਕਮਿਊਨਿਟੀ ਜਿਹੜੀ ਇੱਕ ਫਲੋਟਿੰਗ ਨੇਸ਼ਨ ਦੀ ਤਰ੍ਹਾਂ ਧਰਤੀ 'ਤੇ ਜੀ ਰਹੀ ਹੈ, ਅਤੇ ਫਿਰ ਇਹਦੇ ਨਾਲ ਇਹ ਵੀ ਹੈ ਕਿ ਇੱਕ ਵੱਡਾ ਵੈਲਿਊ ਸਿਸਟਮ ਵੀ ਨਾਲ ਲੈ ਕੇ ਤੁਰੀ ਫਿਰਦੀ ਹੈ। ਮਤਲਬ ਵਿਜ਼ੀਬਲ ਮਿਨੋਰਟੀ ਆ, ਦਿਸਦਾ ਪਿਆ, ਨਜ਼ਰ ਆ ਰਿਹਾ ਸ਼ਰੇਆਮ,
ਮਤਲਬ ਬਿਲਕੁਲ ਫਿਜ਼ੀਕਲ ਅਪੀਅਰੈਂਸ ਹੀ ਬਿਲਕੁਲ ਡਿਫਰੈਂਟ ਆ, ਪਰ ਇਹ ਸਭ ਹੋਣ ਦੇ ਬਾਵਜੂਦ ਵੀ ਜੇ ਕਿਤੇ ਵਜੂਦ ਵਿੱਚ ਸਥਾਪਤੀ ਹੈ ਤਾਂ ਕੁਝ ਤਾਂ ਖਾਸੀਅਤ ਹੋਏਗੀ। ਇਹ ਤਾਂ ਨਹੀਂ ਹੋ ਸਕਦਾ ਵੀ ਬਿਲਕੁਲ ਸਭ ਚੀਜ਼ਾਂ ਹਵਾ 'ਚ ਖੜੀਆਂ ਨੇ, ਕੁਝ ਤਾਂ ਖਾਸਾ ਹੋਏਗਾ ਜਿਹਦੇ ਕਰਕੇ ਇੰਸਟੀਟਿਊਸ਼ਨ ਚੱਲ ਰਹੇ ਨੇ, ਸਭ ਚੀਜ਼ਾਂ ਹੋ ਰਹੀਆਂ ਨੇ। ਇਹ ਸਾਰਾ ਕੁਝ ਇੱਕ ਰੂਹਾਨੀ ਐਂਗਲ ਤੋਂ ਆ ਰਿਹਾ, ਅਤੇ ਗੁਰੂ ਬਾਬਾ ਜੀ ਨੇ ਕਿੱਥੋਂ ਖੜਾ ਕੀਤਾ? ਬਿਲਕੁਲ ਗਰਾਊਂਡ 'ਚ, ਜਿਨ੍ਹਾਂ ਦੀ ਕੁੱਲ ਜ਼ਾਤ ਵਿੱਚ ਕੁਝ ਪਾਤਸ਼ਾਹੀ ਦਾ ਤਸੱਵਰ ਹੀ ਨਹੀਂ ਸੀਗਾ, ਬਿਲਕੁਲ ਅਦਨੇ ਲੋਕ, ਉਹਨਾਂ ਨੂੰ ਉਠਾ ਕੇ ਮਤਲਬ ਇਸ ਰੂਪ 'ਚ ਦਰਬਾਰਾਂ ਅਤੇ ਤਖਤਾਂ ਤੱਕ ਬਿਠਾ ਕੇ ਰੱਖ ਦਿੱਤਾ। ਸਾਹਿਬ ਕਹਿੰਦੇ ਇਹ ਕਾਰਜ ਸੰਤਾਂ ਦਾ ਕਾਰਜ ਹੈ, ਇਹ ਸੰਤ ਬਿਰਤੀ 'ਚੋਂ ਨਿਕਲਿਆ ਕਾਰਜ ਹੈ, ਵੱਡਾ ਕਾਰਜ ਆ। ਜਦੋਂ ਇਸ ਹੋ ਜੇ ਕਾਰਜ ਲਈ ਤੁਰੋਗੇ, ਵਾਹਿਗੁਰੂ ਸਹਾਈ ਹੋਏਗਾ, ਕਿਉਂਕਿ ਤੁਹਾਡੀ ਨਜ਼ਰ ਬਦਲੇਗੀ। ਉਸ ਨਜ਼ਰ ਦੇ ਜ਼ਰੀਏ ਤੁਸੀਂ ਆਪਣੀ ਐਨਰਜੀ ਨੂੰ ਸਹੀ ਰੂਪ 'ਚ ਚੈਨਲਾਈਜ਼ ਕਰੋਗੇ। ਐਜ਼ ਆਈ ਅੰਡਰਸਟੈਂਡ, ਇਹਨਾਂ ਸ਼ਬਦਾਂ ਦਾ ਤਸੱਵਰ ਇੱਥੋਂ ਨਿਕਲਦਾ। ਹੁਣ ਗੁਰੂ ਰਾਮਦਾਸ ਸਾਹਿਬ ਦਾ ਬਚਨ ਹੈ, ਜਿਨ੍ਹਾਂ ਅੰਦਰ ਨਾਮ ਨਿਧਾਨ, ਜਿਨ੍ਹਾਂ ਨੂੰ ਇਹ ਨਾਮ ਦਾ ਖਜ਼ਾਨਾ ਸਮਝਦੀ ਇਹ ਪਾਇਆ ਕੁਦਰਤ ਨੇ ਕਿਤੇ ਬਖਸ਼ ਦਿੱਤੀ ਇਸ ਰੂਪ ਦੇ ਵਿੱਚ। ਕਿਹਾ ਜਿਨ੍ਹਾਂ ਅੰਦਰ ਨਾਮ ਨਿਧਾਨ ਹਰ ਤਿਨਕੇ ਕਾਜ ਦਈ ਆਉਂਦੇ ਰਾਸ, ਉਹਨਾਂ ਦੇ ਸਾਰੇ ਕਾਜ ਹੀ ਰਾਸ ਹੋ ਜਾਂਦੇ, ਉਹਨਾਂ ਨੂੰ ਲੱਗਦੇ ਨਹੀਂ। ਕਹਿੰਦਾ ਬੰਦਾ ਕਹਿੰਦਾ ਕਾਜ ਵਿਗੜ ਜੇ, ਬਾਬਾ ਜੀ ਕਹਿੰਦੇ ਵਿਗੜੇਗਾ ਕਿਵੇਂ? ਜਦੋਂ ਦਈ ਆਪ ਖਲੋਇਆ ਹੈ, ਜਦੋਂ ਉਹ ਆਪ ਵਿੱਚ ਖਲੋਤਾ ਆ, ਕਰਤਾ ਪੁਰਖ ਖਲੋਵਾ ਤਾਂ ਵਾਲ ਨਾ ਵਿੰਗਾ ਹੋਵਾ, ਜਿਹੜਾ ਕੋਨਸੈਪਟ ਅਸੀਂ ਪੜ੍ਹਦੇ ਹਾਂ, ਜਦੋਂ ਵਿੱਚ ਉਹ ਆਪ ਆ, ਵਿਚੋਲਾ ਉਹ ਆਪ ਹੈ, ਫਿਰ ਕਿਵੇਂ? ਉਹਦੀ ਬਾਤ ਕੀਤੀ ਮਹਾਰਾਜ ਨੇ। ਅੱਗੇ ਕਿਹਾ ਤਿੰਨ ਚੂਕੀ ਮੁਹਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ। ਤਿੰਨ ਚੂਕੀ ਮੁਹਤਾਜੀ ਲੋਕਨ ਕੀ, ਮੁਹਤਾਜੀ ਡਿਪੈਂਡੈਂਸੀ, ਅਸੀਂ ਲੋਕਾਂ ਦੇ ਵਿੱਚ ਰਹਿਣਾ, ਲੋਕਾਂ ਨਾਲ ਸਨੇਹ ਕਰਨਾ, ਪਿਆਰ ਕਰਨਾ, ਇਤਬਾਰ ਕਰਨਾ, ਲੋਕਾਂ ਦਾ ਸਹਿਯੋਗ ਕਰਨਾ, ਲੋਕਾਂ ਤੋਂ ਸਹਿਯੋਗ ਲੈਣਾ, ਇਹ ਬੜਾ ਲਾਜ਼ਮੀ ਹੈ। ਗੁਰੂ ਬਾਬਾ ਜੀ ਆਈਸੋਲੇਟ ਨਹੀਂ ਕਰ ਰਹੇ ਸਾਨੂੰ, ਪਰ ਇਹਦੇ ਨਾਲ ਦੀ ਨਾਲ ਮੁਹਤਾਜੀ ਡਿਪੈਂਡੈਂਸੀ, ਮਤਲਬ ਬੰਦਾ ਕਹੇ ਵੀ ਮੈਨੂੰ ਕਿਸੇ 'ਤੇ ਡਿਪੈਂਡੈਂਟ ਹੋਣਾ ਹੋ ਕੇ ਹੀ ਮੇਰਾ ਕੰਮ ਹੋਏਗਾ, ਜੇ ਮਾੜ ਜਾਂ ਸੱਜੇ ਖੱਬੇ ਹੋਊਗਾ ਤਾਂ ਮੇਰਾ ਕੰਮ ਨਹੀਂ ਹੋਏਗਾ। ਬਾਬਾ ਜੀ ਕਹਿੰਦੇ ਨਹੀਂ, ਬੰਦੇ ਦਾਰੂ ਨੇ ਇੱਕ ਦੂਜੇ ਦਾ, ਪਰ ਚੇਤੇ ਰੱਖਿਆ ਅਤੇ ਸੋਚਦੇ ਮਾਇਨੇ ਵੱਖਰੇ ਵੱਖਰੇ ਹੋ ਸਕਦੇ ਨੇ। ਅੱਜ ਕੋਈ ਮਦਦ ਕਰ ਰਿਹਾ, ਕੱਲ੍ਹ ਨੂੰ ਕੋਈ ਮਦਦ ਨਾ ਕਰਕੇ ਤੁਹਾਡੇ ਖਿਲਾਫ਼ ਖੜਾ ਹੋ ਸਕਦਾ। ਅਤੇ ਕੈਸੀ ਕੈਸੀ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ, ਅਸੀਂ ਰੱਬ ਦੇ ਰੂਪ ਕਹਿੰਦੇ ਹਾਂ ਗੁਰੂ ਮਹਾਰਾਜ ਨੂੰ। ਗੁਰੂ ਰਾਮਦਾਸ ਸਾਹਿਬ ਨੇ ਮਸੰਦ ਸਿਸਟਮ ਸ਼ੁਰੂ ਕੀਤਾ, ਆਪ ਦੇਖਦੇ ਹੋ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਸੰਦ ਸਿਸਟਮ ਤੋੜਿਆ ਪੂਰਾ ਜ਼ੋਰ ਲਾ ਕੇ। ਸਮਝ ਆ, ਇਹ ਪੋਸੀਬਿਲਿਟੀ ਹੈ, ਤੁਸੀਂ ਆਪ ਸਟਰਕਚਰ ਬਿਲਡ ਕਰਦੇ ਹੋ, ਵਕਤ ਪਾ ਕੇ ਆਪਣੀ ਵੈਲਿਊ ਵਿਹਾਜ ਜਾਂਦਾ ਹੈ। ਇੱਥੇ ਕਿ ਉਹਦੀ ਮੁਹਤਾਜੀ ਨਹੀਂ ਗੀ, ਜੇ ਤਾਂ ਮੁਹਤਾਜੀ ਹੁੰਦੀ ਮਸੰਦ ਸਿਸਟਮ ਦੀ ਫਿਰ ਚੱਲਣੀ ਟੁੱਟ ਜਾਣਾ ਸੀ। ਬਾਬਾ ਜੀ ਕਹਿੰਦੇ ਨਾ, ਇਹ ਵਕਤੀ ਤੌਰ 'ਤੇ ਅਸੀਂ ਲਿਆਂਦਾ ਆ, ਜਿਹੜੀ ਸਾਡੀ ਅਸਲ ਹੋਣ ਦੀ ਉਹ ਕਿਸੇ ਆਈਡੀਓਲੋਜੀ 'ਤੇ ਖੜੀ ਹੈ, ਉਹਨੂੰ ਨਾਲ ਰੱਖ ਕੇ ਚੱਲਣਾ। ਇਹਨੇ ਬਿਨ ਘਰਾਂ ਥਾਵਾਂ 'ਤੇ ਹਰ ਰੂਪ ਦੇ ਵਿੱਚ ਵੈਲਿਊ ਸਿਸਟਮ ਨੂੰ ਬਿਲਡ ਕਰਨਾ ਪਏਗਾ ਜੀ। ਉਹ ਵੈਲਿਊ ਸਿਸਟਮ ਆਕੜ ਵਿੱਚੋਂ, ਹੋਮੈ ਵਿੱਚੋਂ, ਲਾਲਚ ਵਿੱਚੋਂ ਨਹੀਂ ਨਿਕਲੇਗਾ, ਪਿਆਰ ਵਿੱਚੋਂ ਨਿਕਲੇਗਾ, ਸਮਝ ਵਿੱਚੋਂ ਨਿਕਲੇਗਾ। ਜਦੋਂ ਉਹਦੇ ਵਿੱਚੋਂ ਨਿਕਲੇਗਾ, ਉਹ ਸਾਨੂੰ ਸਪੋਰਟ ਕਰੇਗਾ, ਉਸ ਆਲੇ ਦੁਆਲੇ 'ਚ ਉਸਾਰੀ ਕਰੇਗਾ, ਇਹਦੀ ਫਿਰ ਮੁਹਤਾਜੀ ਨਹੀਂ ਹੋਏਗੀ। ਮਹਾਰਾਜ ਨੇ ਇਹਦੀ ਬਾਤ ਕੀਤੀ, ਕਿਹਾ ਤਿੰਨ ਚੂਕੀ ਮੁਹਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ। ਇੰਝ ਲੱਗੇਗਾ ਜਿਵੇਂ ਹਰੀ ਨਾਲ ਹੀ ਅੰਗ ਕਰਕੇ ਬੈਠਾ, ਅੰਗ ਕਰਕੇ ਮੀਨ ਬਿਲਕੁਲ ਹੱਥ ਫੜ ਕੇ, ਬਾਂਹ ਫੜ ਕੇ, ਸਾਥ ਹੀ, ਸਾਡਾ ਸਾਥੀ ਉਸ ਰੂਪ ਦੇ ਵਿੱਚ, ਰੱਬ ਦਾ ਸਾਥ ਐਵੇਂ ਅਹਿਸਾਸ 'ਚ ਆਏਗਾ, ਇਸ ਰੂਪ ਵਿੱਚ ਮੌਜੂਦ ਹੋਏਗਾ। ਅਗਲੀ ਪੰਕਤੀ ਕਹਿ ਕੇ ਵਾਇੰਡ ਅਪ ਕਰ ਦਿੰਦੇ ਹਾਂ। ਬਾਬਾ ਜੀ ਕਹਿੰਦੇ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰੇ ਸਾਬਾਸ। ਜੇ ਕਰਤਾ ਵੱਲ, ਜਿਹਦਾ ਅਸੀਂ ਸਮਝਦੇ ਹਾਂ ਜੋ ਡੂਅਰ ਆ, ਜੇ ਉਹ ਵੱਲ ਆ, ਇਹਦਾ ਸ਼ਬਦ ਅਸੀਂ ਪੜ੍ਹੀਏ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਛੰਦਾ, ਫਿਰ ਮੁਛੰਦਗੀ ਘਟਦੀ ਲੱਗੀ ਜਾਏ। ਇਹ ਸਕੂਲ ਆਫ ਥਾਟ
ਸਿੱਖੀ ਆਸ਼ੇ 'ਚ ਸਾਨੂੰ ਪ੍ਰਣਾ ਕੇ ਦਿੱਤਾ, ਸਾਨੂੰ ਸਮਝਾਇਆ, ਅਤੇ ਉਹਦੇ ਸਦਕਾ ਹੀ ਸਾਡੀ ਸਾਰੀ ਪਿੱਛੋਂ ਕੌਮੀ ਉਸਾਰੀ ਆਈ ਹੈ ਅਤੇ ਜਿਹਦਾ ਅੱਜ ਅਸੀਂ ਕੁਝ ਫਰੂਟ ਖਾ ਰਹੇ ਹਾਂ। ਅੱਗੇ ਥੋੜ੍ਹਾ ਲੰਮੇਰਾ ਸ਼ਬਦ ਆ ਜਿਹਦੀ ਵਿਚਾਰ ਆਉਂਦੇ ਕੱਲ੍ਹ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਇਹ ਇੱਕ ਉਹਦੇ ਪਲੋਟ ਵਿੱਚ ਜੋ ਬਾਤ ਅੱਜ ਹੋਈ ਹੈ ਇਹਨੂੰ ਅਹਿਸਾਸ 'ਚ ਰੱਖ ਲੈਣਾ ਤਾਂ ਕਿ ਅਸੀਂ ਅਗਲੀ ਜਿਹੜੀ ਬਾਤ ਹੈ ਉਹ ਸਾਰੀ ਇਹਦੇ 'ਚੋਂ ਗ੍ਰਿਪ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਿਤਾਰਿਓ। ਸਮਾਂ ਸਮਾਪਤ ਆ, ਆਵਾਜ਼ ਦੇ ਕੇ ਇੱਕ ਵਾਰੀ ਜ਼ਰੂਰ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।